ਦੇ ਚਾਹਵਾਨ ਨੂੰ ਪਿਆਰਲਾ ਬੰਗੜ ਵੱਲੋਂ ਆਪ ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਜੈ ਭੀਮ ਅਤੇ ਜੈ ਭਗਵਾਨ ਵਾਲਮੀਕ ਜੀ। ਦੇਸ਼ ਪ੍ਰਦੇਸ਼ ਜਿੱਥੇ ਕਿਤੇ ਵੀ ਆਪ ਇਸ ਵੇਲੇ ਕਾਂਸੀ ਟੀ ਵੀ ਦੇਖ ਰਹੇ ਹੋ, ਉਮੀਦ ਹੈ ਆਪਣੇ ਘਰਾਂ 'ਚ ਰਾਜੀ ਖੁਸ਼ੀ ਹੋਵੋਗੇ। ਔਰ ਬੜੇ ਪਿਆਰ ਨਾਲ ਇੱਕ ਘੰਟਾ ਆਪਾਂ ਕਵੀ ਦਰਬਾਰ ਸਜਾਉਣਾ ਹੈ, ਔਰ ਬੁਲਾਰਿਆਂ ਨੇ, ਲੇਖਕਾਂ ਨੇ ਹਿੱਸਾ ਲੈਣਾ ਹੈ। ਔਰ ਟੈਲੀਫੋਨ ਨੰਬਰ ਦਾ ਤੁਹਾਨੂੰ ਪਤਾ ਹੈ, 0300-770-2246। ਔਰ ਅਗਰ ਬਾਹਰੋਂ ਕਰ ਰਹੇ ਹਾਂ ਤਾਂ 0044 ਲਾਉਣਾ ਨਹੀਂ ਭੁੱਲਣਾ, ਫਿਰ 300-770-2246 ਲਾ ਕੇ ਮੇਰੇ ਪਾਸ ਪਹੁੰਚਣਾ ਹੈ। ਮੰਮੀ ਸਾਹਿਬ ਇਸ ਵੇਲੇ ਆਪਣੇ ਪੂਰੀ ਤਿਆਰੀ ਦੇ ਵਿੱਚ ਤੁਹਾਡੇ ਕੋਲ ਲੈਣਗੇ। ਔਰ ਪਹਿਲਾਂ ਮੈਂ ਆਪਣੀ ਇੱਕ ਕਵਿਤਾ ਬੋਲਣੀ ਹੈ, ਉਸ ਤੋਂ ਬਾਅਦ ਤੁਸੀਂ ਲੇਨਾ 'ਤੇ ਆ ਜਾਣਾ ਹੈ, ਔਰ ਇੱਕ ਘੰਟਾ ਆਪਾਂ ਬਹੁਤ ਸੋਹਣਾ ਕਵੀ ਦਰਬਾਰ ਸਜਾਉਣਾ ਹੈ। ਅੱਜ ਮੈਂ ਗੱਲਾਂ 'ਚੋਂ ਇੱਕ ਗੱਲ ਕਰਨੀ ਹੈ, ਉਹ ਕਿਸ ਤਰ੍ਹਾਂ ਦੀ ਗੱਲ ਹੈ ਕਿ ਦੋਸਤੋ, ਗੱਲ ਅਤੇ ਗੱਲ 'ਚ ਫਰਕ ਬੜਾ ਹੈ, ਜੇਕਰ ਅੱਜ ਅਤੇ ਕੱਲ੍ਹ 'ਚ ਫਰਕ ਬੜਾ ਹੈ। ਦੇਖੋ, ਪਿਛਲੇ ਹਫ਼ਤੇ ਆਪਣੇ ਦੇਸ਼ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਸੀ, ਔਰ 14-15 ਸਾਲ ਤੋਂ ਕੰਜ਼ਰਵੇਟਿਵ ਰਾਜ ਕਰ ਰਹੇ ਸੀ, ਔਰ ਕਿਹਨੂੰ ਪਤਾ ਸੀ ਕਿ ਇੰਨੀ ਵੱਡੀ ਬੜ੍ਹਤ ਦੇ ਨਾਲ ਲੇਬਰ ਪਾਰਟੀ ਆਏਗੀ। ਅਸੀਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦੇ ਹਾਂ, ਅਤੇ ਫਰਕ ਬੜਾ ਪੈ ਗਿਆ ਹੈ। ਸੋ ਗੱਲ ਅਤੇ ਗੱਲ 'ਚ ਫਰਕ ਬੜਾ ਹੈ, ਜੇਕਰ ਅੱਜ ਅਤੇ ਕੱਲ੍ਹ 'ਚ ਫਰਕ ਬੜਾ ਹੈ। ਇੱਕ ਗੱਲ ਹੁੰਦੀ ਇੱਕ ਲਈ, ਇੱਕ ਹੁੰਦੀ ਹਜ਼ਾਰਾਂ ਵਾਸਤੇ। ਇੱਕ ਨੂੰ ਅੰਦਰੇ ਹੀ ਟਕੀ ਰਹਿਣ ਦਿਓ, ਇੱਕ ਬਣੇ ਖਬਰ ਬਾਜ਼ਾਰਾਂ ਵਾਸਤੇ। ਇੱਕ ਗੱਲ ਪਿਆਰ ਮੁਹੱਬਤ ਦੇ ਨਗਮੇ ਸੋਹਣੇ ਲਿਖਦੀ ਹੈ, ਹਾਂ, ਇੱਕ ਗੱਲ ਪਿਆਰ ਮੁਹੱਬਤ ਦੇ ਨਗਮੇ ਸੋਹਣੇ ਲਿਖਦੀ ਹੈ, ਇੱਕ ਗੱਲ ਨਫ਼ਰਤ ਵੰਡਦੀ ਅਤੇ ਤਕਰਾਰ ਦਾ ਕਾਇਦਾ ਸਿੱਖਦੀ ਹੈ। ਇੱਕ ਗੱਲ ਕਿਸੇ ਦੁਖੀਏ ਦਾ ਹੁੰਦੀ ਹੈ ਦੁੱਖ ਅਤੇ ਦਰਦ ਵੰਡਾਉਣ ਦੀ, ਇੱਕ ਗੱਲ ਕਿਸੇ ਦੁਖੀਏ ਦਾ ਹੁੰਦੀ ਹੈ ਦੁੱਖ ਅਤੇ ਦਰਦ ਵੰਡਾਉਣ ਦੀ, ਇੱਕ ਨਿਰਦੋਸ਼ ਨੂੰ ਦੋਸ਼ੀ ਥਾਪ ਕੇ ਉਮਰਾਂ ਭਰ ਦੁੱਖ ਅਤੇ ਦਰਦ ਪਾਉਣ ਦੀ। ਦੇਖੋ, ਗੱਲ ਤਾਂ ਗੱਲ ਹੈ। ਇੱਕ ਗੱਲ ਧੋਖਾ ਕਰਦੀ ਹੈ, ਇੱਕ ਧੋਖਾ ਕਰਨ ਤੋਂ ਡਰਦੀ ਹੈ, ਇੱਕ ਸੱਚ 'ਤੇ ਆਪਾਂ ਵਾਰਦੀ ਹੈ ਪਰ ਇੱਕ ਕੂੜ ਕੁਫਰ ਖਿਲਾਰਦੀ ਹੈ। ਇੱਕ ਗੱਲ ਫਰੇਬ ਅਤੇ ਹੇਰਾ ਫੇਰੀ ਦੀ, ਇੱਕ ਚੋਰ ਅਤੇ ਚੋਰ ਚਕਾਰੀ ਕਰਨ ਦੀ, ਪਰ ਇੱਕ ਕਿਸੇ ਮਜ਼ਲੂਮ ਨੂੰ ਮਾਰਨ ਦੀ, ਇੱਕ ਮਸੂਮ ਲਈ ਆਪੂ ਮਰਨ ਦੀ, ਮਰਨ ਦੀ। ਇੱਕ ਗੱਲ ਸਾਸੀ ਅਤੇ ਦਲੇਰ ਦੀ, ਇੱਕ ਡਰਪੋਕ ਅਤੇ ਸਾਹਸਹੀਣ ਦੀ, ਇੱਕ ਜ਼ਿੰਦਗੀ ਨਿਰਾਸ਼ਾ ਹੱਥੀ, ਇੱਕ ਸਵੈਮਾਣ ਅਤੇ ਨਿਰਭਉ ਜਿਉਣ ਦੀ। ਇੱਕ ਗੱਲ ਆਖੇ ਜਿਉਂਦੇ ਜੀ ਸਵਰਗ ਇੱਥੇ ਇਸ ਦੁਨੀਆਂ 'ਤੇ, ਅੱਜ ਦੀ ਗੱਲ ਕਰੋ ਇੱਕ ਆਖੇ ਕੱਲ੍ਹ ਤਾਂ ਕਾਲ ਦਾ ਨਾਂ ਏ, ਕੱਲ੍ਹ ਦੇ ਨਗੂਰ ਨਰਕ ਨਗੂਣੇ ਲਈ ਨਾ ਮਰੋ, ਨਾ ਮਰੋ। ਇੱਕ ਗੱਲ ਵਾਅਦੇ ਕਰਾਰਾਂ ਪੱਕੀ, ਰੁੱਖਾਂ ਵਾਂਗੂ ਖੜੀ ਰਵੇ, ਇੱਕ ਰੁੱਤਾਂ ਤਰ੍ਹਾਂ ਬਦਲੇਵੇਂ ਕਰਦੀ, ਗਿਰਗਿਟ ਬਣੇ ਅਤੇ ਭਾਂਤ ਭਾਂਤ ਦੇ ਰੰਗ ਫੜੇ। ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਜਿਹੜੇ ਕੁਰਸੀ ਖਾਤਰ ਕੀ ਕਰ ਰਹੇ ਆ, ਪਲਟੂਰਾਂ ਬਣ ਗਏ ਆ। ਇੱਕ ਗੱਲ ਵਾਅਦੇ ਕਰਾਰਾਂ ਪੱਕੀ, ਰੁੱਖਾਂ ਵਾਂਗੂ ਖੜੀ ਰਵੇ,
ਇੱਕ ਰੁੱਤਾਂ ਤਰ੍ਹਾਂ ਬਦਲੇਵੇਂ ਕਰਦੀ, ਗਿਰਗਿਟ ਬਣੇ ਅਤੇ ਭਾਂਤ ਭਾਂਤ ਦੇ ਰੰਗ ਫੜੇ। ਇੱਕ ਗੱਲ ਦਿਨ ਵਰਗੀ ਚਿੱਟੀ ਹੁੰਦੀ, ਦੂਜੀ ਰਾਤ ਹਨੇਰੇ ਕਾਲਖ ਵੰਡੇ। ਇੱਕ ਗੱਲ ਸ਼ੋਭਾ ਦੀ ਸਰਤਾਜ ਬਣੇ, ਦੂਜੀ ਗੱਲ ਗੱਲ ਅਤੇ ਇਨਸਾਨੀਅਤ ਇਨਸਾਨੀਅਤ ਭੰਡੇ। ਇੱਕ ਗੱਲ ਆਖੇ ਰੱਬ ਦਾ ਹੈ ਸਭ ਆਲਮ ਅਤੇ ਸਭ ਥਾਂ ਹੈ ਪਸਾਰਾ। ਇੱਕ ਆਖੇ ਕਿ ਰੱਬ ਦੀ ਹੋਂ ਤਾਂ ਨਾ ਕੋਈ, ਐਵੇਂ ਕਲਪਨਾ ਦਾ ਲੋਕ ਲੈਣ ਸਹਾਰਾ। ਉਹਨੇ ਕਲਪਨਾ ਹੀ ਹੈ, ਮਰਜ਼ੀ ਆਪੋ ਆਪਣੀ। ਇੱਕ ਗੱਲ ਮੰਜ਼ਿਲ ਤੱਕ ਪਹੁੰਚਾਏ, ਇੱਕ ਆਖੇ ਉਂਗਲ ਨਾ ਚੁੱਕ ਸਕਾਂ, ਇੱਕ ਆਖੇ ਹਿੰਮਤੀ ਪਰਬਤ ਜਿੱਤ ਲਾਂ, ਇੱਕ ਜਿੱਤਣ ਤੋਂ ਪਹਿਲਾਂ ਹੀ ਹਾਰ ਮਰਾਂ। ਓਹ ਇੱਕ ਗੱਲ ਸੋਲਾ ਆਨੇ ਸੱਚ ਹੈ ਕਿ ਮਿੱਟੀ ਤੋਂ ਬਣਿਆ ਕੱਚ ਹੈ। ਇਹ ਜੋ ਘੜਿਆ ਸੋ ਇੱਕ ਦਿਨ ਭੱਜਣਾ ਜ਼ਰੂਰ ਭੱਜਣਾ, ਜਿਉਣਾ ਝੂਠ ਅਤੇ ਮਰਨਾ ਸੱਚ ਹੈ। ਅਖੇ ਦਮ ਦਿੱਤਿਆਂ ਬਾਅਦ ਨਹੀਂ ਦਮ ਲੈਂਦੇ, ਕਿਸੇ ਗੱਲ ਸਿਆਣੀ ਆਖੀਏ। ਹਾਂਜੀ ਅਖੇ ਤੋਂ ਉਧਾਰ ਲਿਆ ਤਾਂ ਦੇਣਾ ਹੀ ਪਏਗਾ, ਉੱਦਾਂ ਨਹੀਂ ਸਰਨਾ। ਦਮ ਦਿੱਤਿਆਂ ਬਾਅਦ ਨਹੀਂ ਦਮ ਲੈਂਦੇ, ਕਿਸੇ ਗੱਲ ਸਿਆਣੀ ਆਖੀਏ। ਬੇਗਮਪੁਰਾ ਜੇ ਸਾਰਾ ਜਹਾਨ ਬਣ ਜਾਏ, ਜਿਉਂ ਦਾ ਸਵਰਗ ਕੀ ਰਹਿ ਗਿਆ ਬਾਕੀ ਫੇ। ਅਖੇ ਲਾਸ ਲੈਣਾ ਕਿ ਪਰਾਧੀਨਤਾ ਪਿਆਰੇ ਪਾਪ ਜਾਣੀ, ਇਸ ਗੱਲ ਦਾ ਜੇ ਖੁਰਾ ਖੋਜ ਮਿਟ ਜਾਏ, ਕਲ ਯੁਗ 'ਚ ਸਤਿਗੁਰ ਰਾਮ ਮਿਲ ਜਾਏ, ਸੁਖ ਆਪੂ ਅਤੇ ਪਿਆਰ ਸਤਿਕਾਰ ਮਿਲ ਜਾਏ ਮਿਲ ਜਾਏ। ਹਾਂਜੀ ਕੋਲ ਆ ਗਈ ਹੈ ਜੀ ਅਨੂ ਜੀ, ਜੈ ਗੁਰਦੇਵ। ਹੈਲੋ ਵੀਰ ਜੀ, ਪਿਆਰੀ ਪਿਆਰੀ ਜੈ ਗੁਰਦੇਵ ਜੀ। ਅੱਛਾ ਮਲ ਭੈਣ ਜੀ, ਜੀ ਆਇਆਂ ਨੂੰ ਥੈਂਕ ਯੂ ਵੀਰ ਜੀ। ਪਹਿਲਾਂ ਤਾਂ ਜਿੰਨੇ ਵੀ ਆਉਣ ਵਾਲੇ ਆ ਜਿਹੜੇ ਚੁੱਪ ਕਰਕੇ ਸੁਣਦੇ ਆ, ਤੁਹਾਨੂੰ ਸਾਰਿਆਂ ਨੂੰ ਪਿਆਰੀ ਪਿਆਰੀ ਜੈ ਗੁਰਦੇਵ। ਤਨਕ ਦੇਵ ਜੀ, ਹਾਂਜੀ, ਤੇ ਬਹੁਤ ਸੋਹਣਾ ਅੱਜ ਗੱਲਾਂ 'ਚ ਗੱਲ ਕੀਤੀ ਆ ਤੁਸੀਂ। ਹਾਂਜੀ ਬਿਲਕੁਲ, ਤੇ ਬਹੁਤ ਵਧੀਆ ਲੱਗਾ। ਤੇ ਮੈਂ ਅੱਜ ਲੈ ਕੇ ਆਈ ਹਾਂ ਬਲਜੀਤ ਪਾਲ ਜੀ ਉਹਨਾਂ ਦਾ ਲਿਖਿਆ ਆ। ਹਾਂਜੀ, ਇਹ ਕਹਿੰਦੇ ਆ ਕਦੇ ਖਾਮੋਸ਼ ਰਹਿੰਦਾ ਹਾਂ, ਕਦੇ ਖਾਮੋਸ਼ ਰਹਿੰਦਾ ਹਾਂ, ਕਦੇ ਕੁਝ ਬੋਲਣਾ ਪੈਂਦਾ। ਆਹਾ, ਕਦੇ ਖਾਮੋਸ਼ ਰਹਿੰਦਾ ਹਾਂ, ਕਦੇ ਬੋਲਣਾ ਪੈਂਦਾ ਹੈ। ਹਾਂਜੀ, ਕਰਾਂ ਤਕਸੀਮ ਖੁਸ਼ੀਆਂ ਨੂੰ, ਗਮਾਂ ਨੂੰ ਫੋਲਣਾ ਪੈਂਦਾ ਆ। ਬੜੇ ਹੀ ਵਾਂਵ ਰੋਲੇ ਨੇ ਹਵਾ ਮੂੰਹ ਜ਼ੋਰ ਜਿਹੀ ਹੈ। ਕਹਿੰਦਾ ਬੜੇ ਹੀ ਵਾਂਵ ਰੋਲੇ ਨੇ ਹਵਾ ਮੂੰਹ ਜ਼ੋਰ ਜਿਹੀ ਹੈ। ਉਡਾਰੀ ਭੰਨ ਤੋਂ ਪਹਿਲਾਂ ਪਰਾਂ ਨੂੰ ਤੋਲਣਾ ਪੈਂਦਾ ਹੈ। ਬਿਲਕੁਲ ਬਿਲਕੁਲ ਬਿਲਕੁਲ, ਉਡਾਰੀ ਮਾਰਨ ਤੋਂ ਪਹਿਲਾਂ ਬੜਾ ਹੀ ਡੋਲਣਾ ਪੈਂਦਾ ਹੈ। ਹਾਂਜੀ, ਪਰਾਂ ਨੂੰ ਕਹਿੰਦਾ ਤੋਲਣਾ ਪੈਂਦਾ ਆ। ਹਾਂਜੀ, ਸਦਾ ਸਹਿਜੇ ਨਹੀਂ ਮਿਲਦੀ ਮੁਹੱਬਤ, ਚੀਜ਼ ਹੀ ਐਸੀ ਹੈ। ਇਹਨੂੰ ਕਰਨਾ ਹੈ ਜੇ ਹਾਸਲ, ਦਿਲਾਂ ਨੂੰ ਰੋਲਣਾ ਪੈਂਦਾ ਆ। ਜਮਾਨੇ ਤੋਂ ਨਹੀਂ ਛਿਪਦੇ ਕਦੀ ਵੀ ਪਿਆਰ ਦੇ ਹੰਝੂ, ਕਿਸੇ ਦੀ ਯਾਦ ਵਿੱਚ ਅੱਖਾਂ ਨੂੰ ਭਰ ਕੇ ਡੋਲਣਾ ਪੈਂਦਾ ਆ। ਕੀ ਬਾਤ ਹੈ ਜੀ, ਬੜੇ ਹੀ ਰੰਗ ਬਿਰੰਗੇ, ਬੜੇ ਹੀ ਰੰਗ ਬਿਖਰੇ ਨੇ ਹਰ ਇੱਕ ਦੇ ਸਾਹਮਣੇ, ਲੇਕਿਨ ਨਜ਼ਰ ਨੂੰ ਰਾਸ ਜੋ ਆਉਂਦੇ ਰੰਗਾਂ ਨੂੰ ਟੋਲਣਾ ਪੈਂਦਾ ਹੈ। ਰੰਗਾਂ ਨੂੰ ਟੋਲਣਾ ਪੈਂਦਾ ਹੈ, ਵਾਹ ਜੀ ਵਾਹ। ਹਾਂਜੀ, ਆਖਰੀ ਦੋ ਲੈਣਾ ਵੀਰ ਜੀ। ਹਾਂ, ਇਹ ਤਾਣੀ ਜ਼ਿੰਦਗੀ ਦੀ ਫਿਰ ਬੜਾ ਹੈਰਾਨ ਕਰਦੀ ਹੈ। ਇਹ ਤਾਣੀ ਜ਼ਿੰਦਗੀ ਦੀ ਫਿਰ ਬੜਾ ਹੈਰਾਨ ਕਰਦੀ ਹੈ,
ਜਦੋਂ ਬਰੀਕ ਤੰਦਾਂ ਨੂੰ ਜੁਗਤ ਦੇ ਨਾਲ ਖੋਲਣਾ ਪੈਂਦਾ, ਜੁਗਤ ਦੇ ਨਾਲ ਖੋਲਣਾ ਪੈਂਦਾ ਹੈ, ਵਾਹ ਜੀ ਵਾਹ। ਕਹਿੰਦਾ ਜਦੋਂ ਬਰੀਕ ਤੰਦਾਂ ਨੂੰ ਜੁਗਤ ਦੇ ਨਾਲ ਖੋਲਣਾ ਪੈਂਦਾ ਆ, ਤੇ ਥੋੜੀ ਜਿਹੀਆਂ ਲਾਈਨਾਂ ਸੀ ਮੈਨੂੰ ਪਿਆਰੀਆਂ ਲੱਗੀਆਂ। ਬਿਲਕੁਲ, ਬਹੁਤ ਬਹੁਤ ਵਧੀਆ ਲਾਈਨਾਂ ਜੀ। ਹਾਂਜੀ, ਥੈਂਕ ਯੂ ਵੀਰ ਜੀ ਟਾਈਮ ਦੇਣ ਦਾ। ਜਿੰਨੇ ਵੀ ਆਉਂਦੇ ਆਉਣ ਵਾਲੇ ਆ ਤਾਂ ਤੁਹਾਨੂੰ ਤੇ ਚੁੱਪ ਕਰਕੇ ਸੁਣਨੇ ਵਾਲਿਆਂ ਨੂੰ ਪਿਆਰੀ ਪਿਆਰੀ ਜੈ ਗੁਰਦੇਵ। ਥੈਂਕ ਯੂ ਮੇਰੀ ਭੈਣ ਧੰਨ ਗੁਰਦੇਵ, ਇਹ ਸੀ ਸਾਡੀ ਆਸ਼ਾ ਮੱਲ ਜੀ, ਜਿਨ੍ਹਾਂ ਨੇ ਬਹੁਤ ਹੀ ਵਧੀਆ ਲਾਈਨਾਂ ਆਪਣੀਆਂ ਬੋਲੀਆਂ ਕਿ ਕਦੇ ਖਮੋਸ਼ ਰਹਿੰਦਾ ਹਾਂ ਤਾਂ ਕਦੇ ਕੁਛ ਕਹਿਣਾ ਪੈਂਦਾ ਹੈ, ਬੋਲਣਾ ਪੈਂਦਾ ਹੈ, ਉਡਾਰੀ ਮਾਰਨ ਤੋਂ ਪਹਿਲਾਂ ਬੜਾ ਹੀ ਕੁਛ ਸਮਝ ਅਤੇ ਤੋਲਣਾ ਪੈਂਦਾ ਹੈ। ਹਾਂ, ਨਹੀਂ ਤਾਂ ਉਡਾਰੀ ਨਹੀਂ ਲੱਗਣੀ, ਜਦ ਤੱਕ ਕਿਸੇ ਗੱਲ ਨੂੰ ਤੋਲੂਗੇ ਨਾ, ਪਰਖੂਗੇ ਨਾ। ਇਹ ਬਹੁਤ ਵਧੀਆ ਲਾਈਨਾਂ ਸਾਡੀ ਭੈਣ ਆਸ਼ਾ ਮੱਲ ਜੀ ਨੇ ਦਿੱਤੀਆਂ, ਔਰ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਸਤਿਕਾਰਯੋਗ ਵੀਰ ਜੀ, ਸਿਮਰਜੀਤ ਕੌਰ ਚਾਲ ਬੋਲਦੀ ਆ। ਹਾਂਜੀ ਸਿਮਰਜੀਤ ਚਾਲ ਭੈਣ ਜੀ, ਜੈ ਆਨੂ। ਵੀਰ ਜੀ, ਜੋ ਵੀ ਸਰੋਤੇ ਪ੍ਰੋਗਰਾਮ ਦੇ ਨਾਲ ਜੁੜੇ ਆ, ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪ੍ਰੇਮ ਭਰੀ ਜੈ ਗੁਰਦੇਵ। ਧੰਨ ਗੁਰਦੇਵ ਜੀ। ਹਾਂਜੀ ਵੀਰ ਜੀ, ਤੁਸੀਂ ਬਹੁਤ ਸੋਹਣੀ ਸ਼ੁਰੂਆਤ ਕੀਤੀ, ਕਵਿਤਾ ਬਹੁਤ ਅੱਛੀ ਪੜ੍ਹੀ ਆ। ਹਾਂਜੀ, ਫਿਰ ਆਸ਼ਾ ਭੈਣ ਜੀ ਆਏ ਆ, ਉਹ ਵੀ ਬਹੁਤ ਅੱਛੇ ਆਪਣੀ ਕਵਿਤਾ ਵਿੱਚ ਵਿਚਾਰ ਦੇ ਕੇ ਗਏ ਆ। ਬਿਲਕੁਲ ਜੀ ਬਿਲਕੁਲ। ਹਾਂਜੀ, ਤੇ ਮੇਰੀ ਕਵਿਤਾ ਹੈ, ਇਹਦਾ ਸਿਰਲੇਖ ਹੈਗਾ ਮੈਂ ਤੇ ਮੇਰਾ ਪਰਛਾਵਾਂ। ਮੈਂ ਤੇ ਮੇਰਾ ਪਰਛਾਵਾਂ, ਵਾਹ ਜੀ ਵਾਹ। ਹਾਂਜੀ, ਬਚਪਨ ਵਿੱਚ ਆਪਣੇ ਹੀ ਪਰਛਾਵੇਂ ਤੋਂ ਡਰਦੀ ਰਹੀ। ਬਚਪਨ ਵਿੱਚ ਆਪਣੇ ਹੀ ਪਰਛਾਵੇਂ ਤੋਂ ਡਰਦੀ ਰਹੀ, ਸੋਚਦੀ ਰਹੀ ਇਹ ਕਿਉਂ ਮੇਰੇ ਪਿੱਛੇ ਭੱਜਦਾ ਆ, ਸੋਚਦੀ ਰਹੀ ਇਹ ਕਿਉਂ ਮੇਰੇ ਪਿੱਛੇ ਭੱਜਦਾ ਆ, ਇਹ ਕਿਉਂ ਨਾਲ ਨਾਲ ਮੇਰੇ ਪਿੱਛੇ ਪਿੱਛੇ ਚੱਲਦਾ ਆ। ਸੋਚ ਸੋਚ ਕੇ ਕਦੇ ਇਸ ਨੂੰ ਮੈਂ ਭੂਤ ਕਹਾਂ, ਕਦੇ ਦੇਖ ਦੇਖ ਕੇ ਇਸ ਨੂੰ ਮੈਂ ਇਸ ਤੋਂ ਡਰਦੀ ਰਹੀ, ਪਰ ਕਿਸੇ ਕੋਲ ਵੀ ਇਸ ਦੀ ਕੋਈ ਗੱਲ ਨਾ ਕੀਤੀ, ਨਾ ਹੀ ਕਿਸੇ ਕੋਲ ਇਸ ਦੇ ਬਾਰੇ ਪੁੱਛਿਆ, ਕਿਉਂਕਿ ਮੈਂ ਇਸ ਦਾ ਨਾਂ ਲੈਣ ਤੋਂ ਵੀ ਬਹੁਤ ਡਰਦੀ ਸਾਂ। ਉਦੋਂ ਮੈਂ ਆਪਣੀ ਮਾਂ ਕੋਲ ਕਿਤੇ ਹੋਰ ਬਹੁਤ ਦੂਰ ਸੀ, ਫਿਰ ਸੋਚਾਂ ਸੋਚਦੀ ਰਹੀ ਜਦੋਂ ਮੈਂ ਆਪਣੀ ਮਾਂ ਨੂੰ ਮਿਲਾਂਗੀ, ਆਪਣੇ ਦਿਲ ਦੀਆਂ ਗੱਲਾਂ ਸਭ ਉਹਦੇ ਨਾਲ ਕਰਾਂਗੀ। ਬਿਲਕੁਲ, ਹਰ ਰੋਜ਼ ਸੋਚਾਂ ਸੋਚ ਕੇ ਫਿਰ ਮੈਂ ਸੌਂ ਜਾਂਦੀ, ਫਿਰ ਕਈ ਸਾਲਾਂ ਬਾਅਦ ਜਦੋਂ ਮੈਂ ਗਈ ਆਪਣੇ ਗ੍ਰਾਂ, ਵੀਰੇ ਨੂੰ ਮਿਲੀ, ਭੈਣਾਂ ਨੂੰ ਦੇਖਿਆ, ਮਾਂ ਦਾ ਚਿਹਰਾ ਮੁੜ ਮੁੜ ਦੇਖਿਆ, ਦੂਜੇ ਦਿਨ ਜਦੋਂ ਮੈਂ ਆਪਣੀ ਮਾਂ ਦੇ ਨਾਲ ਨਾਲ ਤੁਰੀ, ਪਰ ਜਦੋਂ ਮੇਰੇ ਪਰ ਜਦੋਂ ਪਿੱਛੇ ਮੁੜ ਮੈਂ ਦੇਖਿਆ, ਫਿਰ ਮੈਂ ਬਹੁਤ ਡਰੀ, ਫਿਰ ਸੋਚਿਆ ਇਹਦੇ ਬਾਰੇ ਹੁਣ ਮੈਂ ਮਾਂ ਦੇ ਨਾਲ ਗੱਲ ਕਰਾਂ, ਫਿਰ ਡਰ ਕੇ ਮਾਂ ਦੇ ਨਾਲ ਮੈਂ ਜਾ ਚਿੰਬੜੀ, ਮਾਂ ਨੂੰ ਪੁੱਛਿਆ ਕੀ ਹੋਇਆ ਤੈਨੂੰ, ਪਰ ਮੈਂ ਚੁੱਪ ਨਾ ਤੋੜੀ, ਘਬਰਾਈ ਹੋਈ ਫਿਰ ਮਾਂ ਦੇ ਕੋਲ ਜਾ ਨੇੜੇ ਨੇੜੇ ਬੈਠੀ, ਹੌਲੀ ਹੌਲੀ ਦੱਸਿਆ ਮਾਂ ਨੂੰ,
ਮੈਂ ਤਾਂ ਉਸ ਭੂਤ ਤੋਂ ਡਰਾਂ, ਮੈਂ ਤਾਂ ਉਸ ਭੂਤ ਤੋਂ ਡਰਾਂ ਜੋ ਰਹੇ ਸਦਾ ਮੇਰੇ ਨਾਲ ਨਾਲ। ਮਾਂ ਹੱਸ ਕੇ ਕਿਹਾ, ਮਾਂ ਨੇ ਹੱਸ ਕੇ ਕਿਹਾ, ਇਹ ਤਾਂ ਤੇਰਾ ਪਰਛਾਵਾਂ, ਇਸ ਨੇ ਸਦਾ ਤੇਰੇ ਨਾਲ ਨਾਲ ਰਹਿਣਾ, ਬਿਲਕੁਲ ਇਸ ਨੇ ਸਦਾ ਤੇਰੇ ਨਾਲ ਨਾਲ ਹੈ ਜਾਣਾ, ਇਹਨੂੰ ਦੇਖ ਦੇਖ ਕੇ ਤੂੰ ਕਦੇ ਨਹੀਂ ਘਬਰਾਉਣਾ, ਇਹਨੂੰ ਦੇਖ ਦੇਖ ਕੇ ਤੂੰ ਕਦੇ ਨਹੀਂ ਘਬਰਾਉਣਾ, ਪਰ ਤੇਰੀ ਮਾਂ ਨੇ ਤੇਥੋਂ ਇੱਕ ਦਿਨ ਵਿਛੜ ਜਾਣਾ, ਪਰ ਤੇਰੀ ਮਾਂ ਨੇ ਤੇਤੋਂ ਇੱਕ ਦਿਨ ਵਿਛੜ ਜਾਣਾ, ਬਿਲਕੁਲ ਇਸ ਪਰਛਾਵੇਂ ਦੇ ਨਾਲ ਤੇਰੇ ਸਦਾ ਹੀ ਹੈ ਰਹਿਣਾ, ਇਸ ਪਰਛਾਵੇਂ ਨੇ ਨਾਲ ਤੇਰੇ ਸਦਾ ਹੀ ਰਹਿਣਾ, ਬਿਲਕੁਲ ਇਸ ਨੇ ਹੀ ਜ਼ਿੰਦਗੀ ਦਾ ਗੂੜਾ ਸਾਥੀ ਬਣ ਜਾਣਾ, ਇਸ ਨੇ ਹੀ ਜ਼ਿੰਦਗੀ ਦਾ ਗੂੜਾ ਸਾਥੀ ਬਣ ਜਾਣਾ, ਬਿਲਕੁਲ ਬਿਲਕੁਲ ਹਾਂਜੀ, ਤੇ ਪਰਛਾਵਾਂ ਤੁਹਾਡੇ ਨਾਲ ਹੀ ਰਹਿੰਦਾ। ਹਾਂਜੀ, ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੇਰੀ ਭੈਣ, ਤੁਹਾਡੀ ਕਵਿਤਾ ਬਿਲਕੁਲ ਠੀਕ ਹੈ। ਇਹ ਸੀ ਸਾਡੀ ਸਿਮਜੀਤ ਚਾਲ ਜੀ, ਮੈਂ ਅਤੇ ਮੇਰਾ ਪਰਛਾਵਾਂ। ਪਰਛਾਵਾਂ ਤਾਂ ਤੁਹਾਡਾ ਤੁਹਾਡੇ ਨਾਲ ਹੀ ਰਹਿਣਾ, ਕਿਉਂਕਿ ਉਹ ਤੁਹਾਡੇ ਸਾਏ ਦੇ ਨਾਲ ਨਾਲ ਚੱਲਦਾ ਆ, ਅਤੇ ਬਿਲਕੁਲ ਇਹ ਤਾਂ ਮਨ ਦਾ ਸਿਰਫ ਇਹ ਡਰ ਸੀ ਉਹਦਾ ਵੀ ਪਤਾ ਨਹੀਂ ਕਾਹਦੇ ਮੇਰੇ ਮਗਰ ਭੱਜਦਾ ਆ, ਮੇਰੇ ਮਗਰੇ ਹੀ ਆਉਂਦਾ ਆ, ਪਰ ਉਹ ਤਾਂ ਪਰਛਾਵਾਂ ਸੀ, ਪਰਛਾਵਾਂ ਤਾਂ ਪਰਛਾਵਾਂ ਹੈ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਹੈਲੋ ਜੀ, ਹੈਲੋ, ਤੁਹਾਡੀ ਲਾਈਨ ਲੱਗ ਗਈ ਹੈ ਸਾਹਿਬ। ਹੈਲੋ ਜੀ। ਹਾਂਜੀ ਬਿੰਦਰਾ ਸਾਹਿਬ ਜੀ, ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਜੀ? ਠੀਕ ਹੈ ਜੀ ਮਹਾਰਾਜ, ਥੈਂਕ ਯੂ। ਓਕੇ, ਹਾਂਜੀ, ਮੈਂ ਅੱਜ ਤੁਹਾਨੂੰ ਇੱਕ ਫਿਲਮੀ ਗਾਣਾ ਸੁਣਾਉਣ ਲੱਗਾ। ਹਾਂ, ਕਿਉਂਕਿ ਬਹੁਤ ਸਾਰੇ ਸਰੋਤੇ ਜਿਹੜੇ ਨਾ, ਉਹਨਾਂ ਪੁਰਾਣੀਆਂ ਫਿਲਮਾਂ ਦੇ ਗਾਣੇ ਬਹੁਤ ਪਸੰਦ ਹੈਗੇ ਆ। ਹਾਂਜੀ, ਮੈਂ ਕੁਛ ਕਰਦਾ ਤੁਹਾਡੇ ਕੋਲ ਸਵਾਲ ਜੀ। ਓਕੇ, ਜੋ ਹਮਨੇ ਦਾਸਤਾਂ ਆਪਣੀ ਸੁਣਾਈ, ਆਪ ਕਿਉਂ ਰੋਏ ਤਬਾਹੀ ਤੋਂ ਹਮਾਰੇ ਦਿਲ ਸੇ ਆਈ, ਆਪ ਕਿਉਂ ਰੋਏ ਹਮਨੇ ਦਾਸਤਾਂ ਆਪਣੀ ਸੁਣਾਈ, ਆਪ ਕਿਉਂ ਰੋਏ ਹਮਾਰਾ ਦਰਦ ਗਮ ਹੈ ਯੇ, ਇਸੇ ਕਿਉਂ ਆਪ ਸਹਤੇ ਹੈਂ, ਯੇ ਕਿਉਂ ਆਂਸੂ ਹਮਾਰੇ ਆਪ ਕੀ ਆਂਖੋਂ ਸੇ ਬਹਤੇ ਹੈਂ, ਹਮਾਰਾ ਦਰਦ ਗਮ ਹੈ ਯੇ, ਇਸੇ ਕਿਉਂ ਆਪ ਸਹਤੇ ਹੈਂ, ਯੇ ਕਿਉਂ ਆਂਸੂ ਹਮਾਰੇ ਆਪ ਕੀ ਆਂਖੋਂ ਸੇ ਬਹਤੇ ਹੈਂ, ਰੋ ਕੀ ਆਗ ਹਮਨੇ ਖੁਦ ਲਗਾਈ, ਆਪ ਕਿਉਂ ਰੋਏ, ਜੋ ਹਮਨੇ ਦਾਸਤਾਂ ਆਪਣੀ ਸੁਣਾਈ, ਆਪ ਕਿਉਂ ਰੋਏ, ਬਹੁਤ ਰੋਏ ਮਗਰ ਅਬ ਆਪ ਕੀ ਖਾਤਿਰ ਨਾ ਰੋਏਂਗੇ, ਨਾ ਆਪਣਾ ਚੈਨ ਖੋ ਕਰ ਆਪ ਕਾ ਹਮ ਚੈਨ।
ਜਨ ਖੋਏਗੇ ਮੁਤ ਰੋਏ ਮਗਰ ਅਬ ਆਪ ਕੀ ਖਾਤਿਰ ਨ ਰੋਏਗੇ ਨਾ ਆਪਣਾ ਚੈਨ ਖੋ ਕਰ ਆਪ ਕਾ ਚੈਨ ਖੋਏਗੇ ਕਿਆਮਤ ਆਪ ਕੇ ਅਸ਼ਕੋਂ ਨਿਟਾਈ ਆਪ ਕਿਉਂ ਰੋਏ ਜੋ ਹਮਨੇ ਦਾਸ ਤਾਂ ਆਪਣੀ ਸੁਣਾਈ ਆਪ ਕਿਉਂ ਰੋਏ ਅਜੇ ਆਂਸੂ ਰੁਕੇ ਤੋ ਦੇਖੀਏ ਹਮ ਵੀ ਰੋ ਦੇਂਗੇ ਹਮ ਆਪਣੇ ਆਂਸੂਆਂ ਸੇ ਚਾਂਦ ਤਾਰੋਂ ਕੋ ਡੁਬੋ ਦੇਂਗੇ ਅਜੇ ਆਂਸੂ ਰੁਕੇ ਤੋ ਦੇਖੀਏ ਫਿਰ ਹਮ ਵੀ ਰੋ ਦੇਂਗੇ ਹਮ ਆਪਣੇ ਆਂਸੂਆਂ ਸੇ ਚਾਂਦ ਤਾਰੋਂ ਕੋ ਡੁਬੋ ਦੇਂਗੇ ਫਨਾ ਹੋ ਜਾਏਗੀ ਸਾਰੀ ਖੁਦਾਈ ਆਪ ਕਿਉਂ ਰੋਏ ਜੋ ਹਮਨੇ ਦਾਸ ਤਾਂ ਆਪਣੀ ਸੁਣਾਈ ਆਪ ਕਿਉਂ ਰੋਏ ਤਬਾਈ ਤੋ ਹਮਾਰੇ ਦਿਲ ਪੈ ਆਈ ਆਪ ਕਿਉਂ ਰੋਏ ਜੋ ਹਮਨੇ ਦਾਸ ਤਾਂ ਆਪਣੀ ਸੁਣਾਈ ਆਪ ਕਿਉਂ ਉਹਨੂੰ ਵੀ ਦੁੱਖ ਆ ਗਿਆ ਨਾ ਉਹ ਤੁਹਾਡੇ ਦੁੱਖ 'ਚ ਪਲੀਤ ਹੋ ਗਈ ਇਸ ਕਰਕੇ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਸੀ ਸਾਡੇ ਮਿੰਦਰਾ ਸਾਹਿਬ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਤੋ ਆਪ ਕਿਉਂ ਰੋਏ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਤੁਸੀਂ ਉਹਦੇ ਗਮ ਦੇ ਵਿੱਚ ਰੋ ਰਹੇ ਹੋ ਅਤੇ ਉਹਨਾਂ ਨੂੰ ਵੀ ਰੋਣ ਆ ਗਿਆ ਇਹ ਨੈਚੁਰਲ ਗੱਲ ਹੁੰਦੀ ਹੈ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਤੋ ਆਪ ਕਿਉਂ ਰੋਏ ਹਾਂਜੀ ਜੀ ਆਨੂ ਜੀ ਜੈ ਗੁਰਦੇਵ ਹੈਲੋ ਜੀ ਹੈਲੋ ਹਾਂਜੀ ਬੰਗੜ ਸਾਹਿਬ ਤੁਹਾਨੂੰ ਅਤੇ ਤੁਹਾਡੇ ਸਟਾਫ ਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਹਾਂਜੀ ਗੁਰਦੇਵ ਸਿੰਘ ਭੋਗਲ ਵੱਲੋਂ ਪੀਟਵਰਾ ਤੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਨੂ ਭੋਗਲ ਸਾਹਿਬ ਜੀ ਆਨੂ ਜੀ ਚੜ੍ਹਦੀ ਕਲਾ ਜੀ ਇੱਦਾਂ ਦੇ ਪ੍ਰੋਗਰਾਮ ਆਉਂਦੇ ਨੇ ਫਿਰ ਚੜ੍ਹਦੀ ਕਲਾ 'ਚ ਤਾਂ ਹੋਣਾ ਹੀ ਆ ਨਾ ਬਿਲਕੁਲ ਪ੍ਰੋਗਰਾਮ 'ਤੇ ਡਿਪੈਂਡ ਕਰਦਾ ਜੀ ਬਿਲਕੁਲ ਅਤੇ ਬੰਗੜ ਸਾਹਿਬ ਤੁਸੀਂ ਗੱਲ ਕੀਤੀ ਸੀ ਹਾਂ ਵੀ ਦਿਨ ਦਿਨ ਵਿੱਚ ਫਰਕ ਹੁੰਦਾ ਹਾਂ ਪਰ ਹਾਸੇ ਹਾਸੇ 'ਚ ਵੀ ਬੜਾ ਫਰਕ ਹੁੰਦਾ ਇਹ ਵੀ ਸਹੀ ਗੱਲ ਵਾ ਸਾਰੇ ਹਾਸੇ ਇੱਕੋ ਜਿਹੇ ਨਹੀਂ ਹੁੰਦੇ ਹਾਂ ਕਈਆਂ ਦੇ ਪਿੱਛੇ ਹਾਦਸੇ ਛੁਪੇ ਹੁੰਦੇ ਆ ਬਿਲਕੁਲ ਵੱਖਰੇ ਹੁੰਦੇ ਆ ਸਹੀ ਗੱਲ ਆ ਇੱਕ ਅਸਲ ਹੱਸਦਾ ਇੱਕ ਹੈਗਾ ਇੱਕ ਦੂਏ ਤੇ ਹੱਸਦਾ ਜਦੋਂ ਆਪਾਂ ਖਵਾ ਬੰਗੜ ਸਾਹਿਬ ਤੇ ਲਓ ਮੈਂ ਇਹ ਛੋਟੀ ਜਿਹੀ ਨਾਜ਼ਮ ਪੇਸ਼ ਕਰਨੀ ਆ ਇਹਦਾ ਨਾਂ ਰੱਖਿਆ ਹੈਗਾ ਹਾਸਾ ਹਾਸਾ ਅੱਛਾ ਜੀ ਹਾਂਜੀ ਹੱਸਣਾ ਬਿਲਕੁਲ ਬੰਗੜ ਸਾਹਿਬ ਲਿਖਿਆ ਵੀ ਹਾਸੇ ਵਰਗਾ ਨਾ ਜੱਗ ਤੇ ਕੋਈ ਦਾਰੂ ਹਾਂ ਹਾਸੇ ਵਰਗਾ ਨਾ ਜੱਗ ਤੇ ਕੋਈ ਦਾਰੂ ਇਹ ਤੋਂ ਲਾਭ ਉਠਾਉਣ ਦੀ ਗੱਲ ਕਰੀਏ ਇਹ ਤੋਂ ਬਿਨਾਂ ਗਮ ਗਮਗੀਨ ਕਰਦੇ ਇਹਨਾਂ ਇਹਨਾਂ ਦੁਖੀਆਂ ਤਾਂ ਭਜਾਉਣ ਦੀ ਗੱਲ ਕਰੀਏ ਬਿਲਕੁਲ
ਬਹੁਤ ਸ਼ੁਕਰੀਆ ਬਈ ਆਏ ਸਮੇਂ ਦੀ ਜਾਣ ਪਛਾਣ ਕਰੀਏ, ਆਏ ਸਮੇਂ ਦੀ ਜਾਣ ਪਛਾਣ ਕਰੀਏ, ਸਮੇਂ ਨਾਲ ਸਮਾਂ ਟਪਾਉਣ ਦੀ ਗੱਲ ਕਰੀਏ, ਦੋ ਦਿਨ ਦਾ ਕੇਵਲ ਜੱਗ ਮੇਲਾ ਇਹ ਤੋਂ ਲੁਤਫ ਉਠਾਉਣ ਦੀ ਗੱਲ ਕਰੀਏ, ਯਾਰੋ ਦੋ ਦਿਨ ਦਾ ਕੇਵਲ ਜੱਗ ਮੇਲਾ ਇਹ ਤੋਂ ਲੁਤਫ ਉਠਾਉਣ ਦੀ ਗੱਲ ਕਰੀਏ, ਭੰਗੜ ਸਾਹਿਬ ਇਹ ਤੋਂ ਲੁਤਫ ਉਠਾਉਣ ਦੀ ਗੱਲ ਕਰੀਏ। ਬਿਲਕੁਲ ਬਿਲਕੁਲ ਬਈ, ਹਸੂ ਹਸੂ ਕਰਦਾ ਚਿਹਰਾ ਹੋਏ ਆਕਰਸ਼ਕ, ਹਸੂ ਹਸੂ ਕਰਦਾ ਚਿਹਰਾ ਹੋਏ ਆਕਰਸ਼ਕ, ਇਹਨੂੰ ਹਸੀਨ ਬਣਾਉਣ ਦੀ ਗੱਲ ਕਰੀਏ, ਬੁਝੋ ਹੋਏ ਤੋਂ ਅਕਸਰ ਡਰਨ ਸਾਰੇ, ਇਹਨੂੰ ਮੁੜ ਜਗਾਉਣ ਦੀ ਗੱਲ ਕਰੀਏ। ਵਾਹ ਜੀ ਵਾਹ, ਜਿਹਦੇ ਮੂੰਹ ਤੇ ਹਾਸਾ ਨਹੀਂ ਉਹਨੂੰ ਹਸਾਉਣ ਦੀ ਗੱਲ ਕਰੀਏ। ਬਿਲਕੁਲ, ਹਸੂ ਹਸੂ ਕਰਦਾ ਚਿਹਰਾ ਹੋਏ ਆਕਰਸ਼ਕ, ਇਹਨੂੰ ਹਸੀਨ ਬਣਾਉਣ ਦੀ ਗੱਲ ਕਰੀਏ, ਕੋਈ ਬੁਝੇ ਹੋਏ ਤੋਂ ਅਕਸਰ ਡਰਨ ਸਾਰੇ, ਇਹਨੂੰ ਮੁੜ ਜਗਾਉਣ ਦੀ ਗੱਲ ਕਰੀਏ। ਕੋਈ ਮੁਸਕਾਨ ਮੁਸਕਾਨ ਵਿੱਚ ਵੀ ਫਰਕ ਹੁੰਦਾ ਹੈ ਬੰਗੜ ਸਾਹਿਬ, ਮੁਸਕਾਨ ਮੈਨੇ ਮਿੰਨਾ ਜਿਹਾ ਹੱਸਣਾ। ਹਾਂਜੀ ਹਾਂਜੀ, ਤੁਹਾਨੂੰ ਪਤਾ ਤੁਸੀਂ ਰਾਈਟਰ ਹੋ। ਬਿਲਕੁਲ, ਮੁਸਕਾਨ ਮੁਸਕਾਨ ਵਿੱਚ ਵੀ ਫਰਕ ਹੁੰਦਾ ਹੈ, ਸੱਚੇ ਮਨੋਂ ਮੁਸਕਰਾਉਣ ਦੀ ਗੱਲ ਕਰੀਏ। ਜਿਹੜੀ ਮੁਸਕਾਨ ਨਜ਼ਰ ਨਿਹਾਲ ਕਰਦਾ ਨਾ ਤਾਂ ਉਸ ਨਾਲ ਵਧਾਉਣ ਦੀ ਗੱਲ ਕਰੀਏ। ਵਾਹ ਜੀ ਵਾਹ, ਬਹੁਤ ਸ਼ੁਕਰੀਆ। ਮੁਸਕਾਨ ਮੁਸਕਾਨ ਵਿੱਚ ਵੀ ਫਰਕ ਹੁੰਦਾ, ਸੱਚੇ ਮਨੋਂ ਮੁਸਕਰਾਉਣ ਦੀ ਗੱਲ ਕਰੀਏ। ਜਿਹੜੀ ਮੁਸਕਾਨ ਨਜ਼ਰ ਨਿਹਾਲ ਕਰਦਾ ਏ ਨਾ ਤਾਂ ਉਸ ਨਾਲ ਵਧਾਉਣ ਦੀ ਗੱਲ ਕਰੀਏ, ਬੰਗੜ ਸਾਹਿਬ ਨਾ ਤਾਂ ਉਸ ਨਾਲ ਵਧਾਉਣ ਦੀ ਗੱਲ ਕਰੀਏ। ਅੱਗੇ ਲਿਖਿਆ ਅਗਲਾ ਬੰਦ ਹੈ ਜੀ, ਬਈ ਜਿਨ੍ਹਾਂ ਹਾਸਿਆਂ ਪਿੱਛੇ ਹਾਦਸੇ ਛੁਪਾਏ ਹੁੰਦੇ, ਜਿਨ੍ਹਾਂ ਹਾਸਿਆਂ ਪਿੱਛੇ ਹਾਦਸੇ ਛੁਪਾਏ ਹੁੰਦੇ, ਉਹਨਾਂ ਤੋਂ ਦੂਰੀ ਵਧਾਉਣ ਦੀ ਗੱਲ ਕਰੀਏ, ਪੱਲੂ ਬਚਾ ਕੇ ਐਸੇ ਹਾਸਿਆਂ ਤੋਂ ਭੋਗ ਉਹਨਾਂ ਦਾ ਪਾਉਣ ਦੀ ਗੱਲ ਕਰੀਏ। ਵਾਹ ਜੀ ਵਾਹ, ਉਦਾਂ ਦੇ ਹਾਸੇ ਬਹੁਤ ਡੈਂਜਰ ਖਤਰਨਾਕ ਹੁੰਦੇ ਨੇ। ਬਿਲਕੁਲ ਬਿਲਕੁਲ, ਜਿਨ੍ਹਾਂ ਹਾਸਿਆਂ ਪਿੱਛੇ ਹਾਦਸੇ ਛੁਪੇ ਹੁੰਦੇ, ਉਹਨਾਂ ਤੋਂ ਦੂਰੀ ਵਧਾਉਣ ਦੀ ਗੱਲ ਕਰੀਏ, ਉਹ ਪੱਲੂ ਬਚਾ ਕੇ ਐਸੇ ਹਾਸਿਆਂ ਤੋਂ ਭੋਗ ਉਹਨਾਂ ਦਾ ਪਾਉਣ ਦੀ ਗੱਲ ਕਰੀਏ। ਬਈ ਆਪ ਹੱਸੋ ਅਤੇ ਹਸਾਓ ਜੱਗ ਤਾਈ, ਆਪ ਹੱਸੋ ਅਤੇ ਹਸਾਓ ਜੱਗ ਤਾਈ, ਹੱਸਣ ਹਸਾਉਣ ਦੀ ਯਾਰੋ ਗੱਲ ਕਰੀਏ। ਰੋਣ ਵਾਲਿਆਂ ਦਾ ਨਹੀਂ ਸ਼ੁਮਾਰ ਕੋਈ, ਰੋਂਦਿਆਂ ਤਾਂ ਹੀ ਹਸਾਉਣ ਦੀ ਗੱਲ ਕਰੀਏ, ਯਾਰੋ ਰੋਣ ਵਾਲਿਆਂ ਦਾ ਨਹੀਂ ਸ਼ੁਮਾਰ ਕੋਈ, ਰੋਂਦਿਆਂ ਤਾਂ ਹੀ ਹਸਾਉਣ ਦੀ ਗੱਲ ਕਰੀਏ। ਬੰਗੜ ਸਾਹਿਬ, ਰੋਂਦਿਆਂ ਤਾਂ ਹੀ ਹਸਾਉਣ ਦੀ ਗੱਲ ਕਰੀਏ। ਵਾਹ ਜੀ ਵਾਹ, ਆਖਰੀ ਬੰਦ ਆ, ਬਹੁਤ ਸ਼ੁਕਰੀਆ ਜੀ, ਆਖਰੀ ਬੰਦ ਆ ਮੇਰੇ ਵੀਰ। ਹਾਂਜੀ ਬਈ, ਹਾਸੇ ਹੋਰਾਂ ਦੇ ਖਾਮ ਖਾ ਖੋਹ ਲੈਣੇ, ਹਾਂ ਕਈਆਂ ਦੀ ਆਦਤ ਹੈਗੀ ਆ ਨਾ। ਬਿਲਕੁਲ, ਹਾਸੇ ਹੋਰਾਂ ਦੇ ਖਾਮ ਖਾ ਖੋਹ ਲੈਣੇ, ਐਸੀ ਹਰ ਕਿਸੇ ਨਾ ਕਾਲੀ ਕਰਤੂਤ ਕਰੀਏ, ਕੋਈ ਹਾਸੇ ਵੰਡਣ ਤੇ ਲੱਗੇ ਨਾ ਮੁੱਲ ਕੋਈ, ਉਹਨਾਂ ਵਿੱਚ ਨਾ ਮਾਰੂ ਬਰੂਦ ਭਰੀਏ। ਬਿਲਕੁਲ, ਹਾਸੇ ਹੋਰਾਂ ਦੇ ਖਾਮ ਖਾ ਖੋਹ ਲੈਣੇ, ਐਸੀ ਹਰ ਕਿਸੇ ਨਾ ਕਾਲੀ ਕਰਤੂਤ ਕਰੀਏ, ਕੋਈ ਹਾਸੇ ਵੰਡਣ ਤੇ ਲੱਗੇ ਨਾ ਮੁੱਲ ਕੋਈ, ਉਹਨਾਂ ਵਿੱਚ ਨਾ ਮਾਰੂ ਬਰੂਦ ਭਰੀਏ। ਬਈ ਪਾ ਲੁੱਡੀਆਂ ਭੋਗਲ ਭਰਮਾਉਣ ਜਿਹੜੇ, ਪਾ ਲੁੱਡੀਆਂ ਭੁਗਲ ਭਰਮਾਉਣ ਜਿਹੜੇ, ਉਹਨਾਂ ਤਾਂ ਹੀ ਪਛਾਣਨ ਦੀ ਗੱਲ ਕਰੀਏ। ਜਿਹੜੇ ਕੀਲ ਪਟਾਰੀ ਪਾ ਲੈਂਦੇ, ਉਹਨਾਂ ਸਪੇਰਿਆਂ ਸਿਆਣਨ ਦੀ ਗੱਲ ਕਰੀਏ। ਯਾਰੋ, ਜਿਹੜੇ ਕੀਲ ਪਟਾਰੀ ਪਾ ਲੈਂਦੇ, ਉਹਨਾਂ ਸਪੇਰਿਆਂ ਸਿਆਣਨ ਦੀ ਗੱਲ ਕਰੀਏ। ਬੰਗੜ ਸਾਹਿਬ, ਉਹਨਾਂ ਸਪੇਰਿਆਂ ਸਿਆਣਨ ਦੀ ਗੱਲ ਕਰੀਏ। ਵਾਹ ਜੀ ਵਾਹ।
ਕਿਉਂਕਿ ਹਾਸਿਆਂ ਪਿੱਛੇ ਵੀ ਹਾਸੇ ਹੁੰਦੇ ਕਈਆਂ ਦੇ, ਇਹਨਾਂ ਦੇ, ਇਹਨਾਂ ਲੋਕਾਂ ਦੇ। ਬਿਲਕੁਲ ਇੱਦਾਂ ਹੀ ਆ, ਹਾਂਜੀ, ਹੱਸ ਕੇ ਤੁਹਾਨੂੰ ਮਿਲਦੇ ਨੇ, ਬਾਅਦ 'ਚ ਪਤਾ ਲੱਗਦਾ ਵੀ ਯਾਰ ਆਹ ਕੀ ਹੋ ਗਿਆ। ਇਹ ਤਾਂ ਗੱਲ ਹੈ। ਥੈਂਕ ਯੂ ਭੋਗ ਸਾਹਿਬ, ਬਹੁਤ ਧੰਨਵਾਦ। ਬੰਗਰ ਸਾਹਿਬ ਬੜਾ ਸ਼ਾਨਦਾਰ ਪ੍ਰੋਗਰਾਮ ਹੁੰਦੇ ਨੇ। ਹਾਂਜੀ, ਸ਼ਾਬਾਸ਼ ਦੇ, ਵਧਾਈ ਦੇ ਪਾਤਰ ਹੋ ਤੁਸੀਂ ਵੀ ਅਤੇ ਮੋਮੀ ਸਾਹਿਬ ਅਤੇ ਸਾਰਾ ਸਟਾਫ ਤੁਹਾਡਾ। ਥੈਂਕ ਯੂ ਸਰ, ਤੁਹਾਡਾ ਬਹੁਤ ਧੰਨਵਾਦ, ਬਹੁਤ ਬਹੁਤ ਪਿਆਰ ਭਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਸੀਂ ਵੀ ਆ ਕੇ ਬਹੁਤ ਵਧੀਆ ਸਾਡੇ ਕਵੀ ਦਰਬਾਰ ਚਾਰ ਚੰਦ ਲਾਉਂਦੇ, ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਭੋਗਲ ਸਾਹਿਬ, ਥੈਂਕ ਯੂ। ਇਹ ਸੀ ਸਾਡੇ ਸ਼ਾਇਰ ਪੀਟਰਬਰਾ ਤੋਂ ਗੁਰਦੇਵ ਸਿੰਘ ਭੋਗਲ ਜੀ, ਜਿਹੜੇ ਕਿ ਹਾਸੇ ਦੇ, ਹਾਸੇ ਦੀ ਗੱਲ ਕਰਕੇ ਗਏ। ਬਿਲਕੁਲ ਹਸਾਉਣਾ ਬਹੁਤ ਅੱਛਾ ਹੈ, ਔਰ ਕਹਿੰਦੇ ਜਿਹੜੇ ਲੋਕ ਹਾਸਿਆਂ ਦੇ ਉੱਤੇ ਗਮ ਪਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹਨੂੰ ਹਾਸਾ ਖਤਮ ਕਰਨ ਦੀ ਕੋਈ ਕੋਸ਼ਿਸ਼ ਕਰਦੇ, ਉਹ ਅੱਛੀ ਬਾਤ ਨਹੀਂ ਹੁੰਦੀ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਹੈਲੋ ਜੀ, ਜੈ ਗੁਰਦੇਵ ਜੀ, ਪਹਿਲਾਂ ਮੰਗਲ ਜੀ, ਜੋਗਿੰਦਰ ਮੈਂ ਵੀ ਬੋਲਦਾ ਜੀ, ਜੋਗਿੰਦਰ ਮੈਂ ਜੋਗੀ ਜੀ, ਜੀ ਆਇਆਂ ਨੂੰ। ਹਾਂਜੀ, ਜਿਹੜੀ ਮੈਂ ਚੀਜ਼ ਗਾਉਣ ਲੱਗਾ ਜੀ, ਇਹ ਇਸਦਾ ਨਾਂ ਆ ਜੀ। ਹਾਂਜੀ, ਮਾਲਕ ਨੂੰ, ਬੰਦੇ ਨੂੰ ਕਿਹਾ ਵੀ ਮਾਲਕ ਤੇ ਭਰੋਸਾ, ਰੱਬ ਤੇ ਭਰੋਸਾ ਰੱਖ, ਬਿਲਕੁਲ ਤੈਨੂੰ ਸਭ ਕੁਛ ਮਿਲੂਗਾ। ਇਹ ਮੇਰਾ ਗੀਤ ਹੈ, ਪੰਜ ਦੇ ਦਵਾ, ਇਹ ਆਵਾਜ਼ ਦੇ ਵਿੱਚ ਰਿਕਾਰਡ ਹੋ ਚੁੱਕਾ ਜੀ। ਹਾਂਜੀ ਹਾਂਜੀ, ਦੱਸ ਜੀ। ਰੱਖ ਭਰੋਸਾ ਸਤਿਗੁਰੂ ਉੱਤੇ, ਹੋਵੀਂ ਨਾ ਤੂੰ ਅਰਦਾਸ। ਰੱਖ ਭਰੋਸਾ ਸਤਿਗੁਰੂ ਉੱਤੇ, ਹੋਵੀਂ ਨਾ ਤੂੰ ਅਰਦਾਸ। ਪੂਰੀਆਂ ਕਰ ਦੋ ਆਸਾਂ ਤੇਰੀਆਂ, ਸਤਿਗੁਰੂ ਰਵਿਦਾਸ। ਰੱਖ ਭਰੋਸਾ ਸਤਿਗੁਰੂ ਉੱਤੇ, ਹੋਵੀਂ ਨਾ ਤੂੰ ਅਰਦਾਸ। ਪੂਰੀਆਂ ਕਰ ਦੋ ਆਸਾਂ ਤੇਰੀਆਂ, ਸਤਿਗੁਰੂ ਰਵਿਦਾਸ। ਤੂੰ ਹਰ ਹਰ ਨਾਮ ਤੇ ਆ ਕੇ ਕਰਨੀ ਮਿਹਨਤ ਤੇ ਮਜ਼ਦੂਰੀ। ਤੂੰ ਹਰ ਹਰ ਨਾਮ ਤੇ ਆ ਕੇ ਕਰਨੀ ਮਿਹਨਤ ਤੇ ਮਜ਼ਦੂਰੀ। ਉਹ ਦੇਵੇਗਾ ਤੈਨੂੰ ਦੇਵਣ ਹਾਰਾ, ਮੰਗੀ ਮੰਗ ਜ਼ਰੂਰੀ। ਜਦੋਂ ਯਾਦ ਕਰੇਗਾ ਉਹਨੂੰ, ਚੱਲ ਕੇ ਆਵੇਗਾ ਤੇਰੇ ਪਾਸ। ਜਦੋਂ ਯਾਦ ਕਰੇਗਾ ਕਰੇਗਾ ਉਹਨੂੰ, ਚੱਲ ਕੇ ਆਵੇਗਾ ਤੇਰੇ ਪਾਸ। ਪੂਰੀਆਂ ਕਰ ਦੂ ਆਸਾਂ ਤੇਰੀਆਂ, ਸਤਿਗੁਰੂ ਰਵਿਦਾਸ। ਮੇਰੇ ਸਤਿਗੁਰ ਕੰਛੀ ਵਾਲੇ ਨੇ ਸਭ ਕੱਢੇ ਦਿਲੋਂ ਭੁਲੇਖੇ। ਮੇਰੇ ਸਤਿਗੁਰ ਕੰਛੀ ਵਾਲੇ ਨੇ ਸਭ ਕੱਢੇ ਦਿਲੋਂ ਭੁਲੇਖੇ। ਜਦੋਂ ਚਾਰੇ ਜੰਜੂ ਕੱਢ ਵਿਖਾਏ, ਬਿਪਰ ਰੋਂਦੇ ਦੇਖੇ। ਜਦੋਂ ਜੰਜੂ ਚਾਰੇ ਕੱਢ ਵਿਖਾਏ, ਬਿਪਰ ਰੋਂਦੇ ਦੇਖੇ। ਤਨ ਮਨ ਦੇ ਨਾਲ ਰੋਜ਼ ਸਵੇਰੇ ਕਰਿਆ ਕਰ ਅਰਦਾਸ। ਤਨ ਮਨ ਦੇ ਨਾਲ ਰੋਜ਼ ਸਵੇਰੇ ਕਰਿਆ ਕਰ ਅਰਦਾਸ। ਪੂਰੀਆਂ ਕਰ ਦੂ ਆਸਾ ਤੇਰੀਆਂ, ਸਤਿਗੁਰੂ ਰਵਿਦਾਸ। ਤੂੰ ਲੈਂਦਾ ਥੱਕ ਜਾਵੇਂਗਾ, ਉਹ ਦਿੰਦਾ ਕਰੇ ਨਾ ਥੱਕੇ। ਤੂੰ ਲੈਂਦਾ ਥੱਕ ਜਾਵੇਂਗਾ, ਉਹ ਦਿੰਦਾ ਕਰੇ ਨਾ ਥੱਕੇ। ਉਹ ਦੁਨੀਆਂ ਦਾ ਮਾਲਕ ਤਾਂ ਹਰ ਇੱਕ ਦਾ ਚੇਤਾ ਰੱਖੇ। ਉਹ ਦੁਨੀਆਂ ਦਾ ਮਾਲਕ ਤਾਂ ਹਰ ਇੱਕ ਦਾ ਚੇਤਾ ਰੱਖੇ। ਧਨ ਦੌਲਤਾਂ ਧੀਆਂ ਪੁੱਤਰ ਦਿੱਤੇ, ਧਨ ਦੌਲਤਾਂ ਧੀਆਂ ਪੁੱਤਰ ਦਿੱਤੇ। ਦਿੱਤੇ ਜੀਣੇ ਲਈ ਸੁਹਾਸ, ਪੂਰੀਆਂ ਕਰ ਦੂ ਆਸਾਂ ਤੇਰੀਆਂ, ਸਤਿਗੁਰੂ ਰਵਿਦਾਸ। ਦੁਨੀਆਂ ਦੇ ਵਿੱਚ ਸੋਭਾ ਉਹਦੀ, ਤੂੰ ਵੀ ਲੱਗ ਜਾ ਚਰਨੀ। ਦੁਨੀਆਂ ਦੇ ਵਿੱਚ ਸੋਭਾ ਉਹਦੀ, ਤੂੰ ਵੀ ਲੱਗ ਜਾ ਚਰਨੀ। ਮਿਹਰਾਂ ਦੇ ਉਸ ਦਾਤੇ ਨੇ ਫਿਰ ਮਿਹਰ ਨਿਗਾਹ ਦੀ ਕਰਨੀ। ਬਿਲਕੁਲ, ਦੁਨੀਆਂ ਦੇ ਵਿੱਚ ਸੋਭਾ ਉਹਦੀ, ਤੂੰ ਵੀ ਲੱਗ ਜਾ ਚਰਨੀ। ਮਿਹਰਾਂ ਦੀ ਉਸ ਦਾਤੇ ਨੇ ਫਿਰ ਮਿਹਰ ਨਿਗਾਹ ਦੀ ਕਰਨੀ। ਜੀਣੇ ਲਈ ਭਲ ਬੁੱਧੀ ਦਿੱਤੀ, ਜੀਣੇ ਲਈ ਭਲ ਬੁੱਧੀ ਦਿੱਤੇ ਜੀਣੇ ਲਈ ਭਲ ਬੁੱਧੀ ਦਿੱਤੀ, ਦਿੱਤਾ ਗਿਆਨ ਪ੍ਰਕਾਸ਼। ਪੂਰੀਆਂ ਕਰ ਦੂ ਆਸੇ ਤੇਰੀਆਂ, ਸਤਿਗੁਰੂ ਰਵਿਦਾਸ। ਮਿਹਜੋਗੀ ਮਿੱਠੇ ਪੁਰੀਆ ਜਾ ਕੇ ਹੋਈਆਂ ਭੁੱਲਾਂ ਬਖਸ਼ਾਉਂਦਾ। ਮਿਹਜੋਗੀ ਮਿੱਠੇ ਪੁਰੀਆ ਜਾ ਕੇ ਹੋਈਆਂ ਭੁੱਲਾਂ ਬਖਸ਼ਾਉਂਦਾ। ਮੰਗੀਆਂ ਮਿਣ ਮੁਰਾਦਾਂ ਦਾ ਤੋਂ ਝੋਲੀਆਂ ਭਰ ਕੇ ਆਉਂਦਾ।
ਮੇਹ ਜੋਗੀ ਮੁਠੀਪੁਰੀਆ ਜਾ ਕੇ ਭੁੱਲ ਹੋਈਆਂ ਭੁੱਲਾਂ ਬਖਸ਼ਾਉਂਦਾ, ਮੰਗਿਆ ਮਿਣ ਮਰਾਦਾਂ ਦਾ ਤਾਂ ਝੋਲੀਆਂ ਭਰ ਕੇ ਆਉਂਦਾ। ਜੋ ਵੀ ਧਾਰ ਲਵੇ ਦਿਲ ਵਿੱਚ ਜਾਂਦਾ ਪੂਰੀ ਹੁੰਦੀ ਆਸ, ਜੋ ਵੀ ਧਾਰ ਕੇ ਦਿਲ ਵਿੱਚ ਜਾਂਦਾ ਪੂਰੀ ਹੁੰਦੀ ਆਸ, ਪੂਰੀਆਂ ਕਰ ਦੂਗਾ ਤੇਰੀਆਂ ਆਸਾਂ ਸਤਿਗੁਰੂ ਦੇ ਵਿਦਾਸ। ਰੱਖ ਭਰੋਸਾ ਰੱਬ ਦੇ ਉੱਤੇ ਹੋਮੀਆਂ ਤੂੰ ਅਰਦਾਸ, ਰੱਖ ਭਰੋਸਾ ਸਤਿਗੁਰੂ ਉੱਤੇ ਹੋਮੀਆਂ ਤੂੰ ਅਰਦਾਸ, ਪੂਰੀਆਂ ਕਰ ਦੂਗਾ ਤੇਰੀਆਂ ਸਤਿਗੁਰੂ ਦਾ। ਜੈ ਗੁਰਦੇਵ ਧਰਮ ਦੇ ਜੀ, ਬਹੁਤ ਬਹੁਤ ਮਿਹਰਬਾਨੀ ਟਾਈਮ ਦੇ। ਥੈਂਕ ਯੂ ਜੋਗਿੰਦਰ ਮਹਿਜ ਜੋਗੇ ਜੀ, ਤੁਹਾਡਾ ਬਹੁਤ ਸ਼ੁਕਰੀਆ। ਇਹ ਸੱਚੀ ਗੱਲ ਹੈ, ਤੁਹਾਨੂੰ ਮਾਲਕ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ, ਔਰ ਆਪਣੀ ਐਫਰਟ ਜਿਹੜੀ ਆ, ਆਪਣੀ ਜਿਹੜੀ ਕੋਸ਼ਿਸ਼ ਆ ਉਹਨੂੰ ਜਾਰੀ ਰੱਖਣਾ ਚਾਹੀਦਾ, ਫਿਰ ਤੁਹਾਡੀਆਂ ਹਰ ਗੱਲ ਜਿਹੜੀ ਆ ਉਹ ਬਿਲਕੁਲ ਪੂਰੀ ਹੋਊਗੀ, ਇਹ 'ਚ ਕੋਈ ਸ਼ੱਕ ਨਹੀਂ ਹੋ। ਭਰੋਸਾ ਬਹੁਤ ਵੱਡੀ ਚੀਜ਼ ਹੈ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਹੈਲੋ ਜੀ, ਜੀ ਆਨੂ ਬਲਵੀਰ ਬਸਰਾ ਜੀ, ਹਾਂਜੀ ਠੀਕ ਠਾਕ ਮਹਾਰਾਜ, ਤੁਸੀਂ ਠੀਕ ਠਾਕ? ਤੁਹਾਡੀ ਲਾਈਨ ਲੱਗ ਗਈ ਹੈ। ਹਾਂਜੀ ਸ਼ੁਕਰੀਆ ਜੀ, ਧੰਨਵਾਦ, ਬਹੁਤ ਵਧੀਆ। ਅਤੇ ਅੱਜ ਪ੍ਰੋਗਰਾਮ ਬਹੁਤ, ਜਿੰਨੇ ਵੀ ਕਵੀ ਜਨ ਆਇਆ ਸਾਰਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਜਿਹੜੇ ਵੀ ਘਰਾਂ ਸੁਣ ਰਹੇ ਹੈਗੇ ਆ ਸਾਰਿਆਂ ਦੇ ਨਾਲ ਬਹੁਤ ਬਹੁਤ ਮੈਂ ਆਪਣਾ ਪਿਆਰ ਇਜ਼ਹਾਰ ਕਰ ਰਿਹਾ। ਹਾਂਜੀ, ਅਤੇ ਅੱਜ ਜੈਸੇ ਕੁਦਰਤੀ ਮੈਂ ਅੱਜ ਗੀਤ, ਮੈਂ ਬਸ ਕਈ ਵਾਰੀ ਹੈ ਨਾ ਅਸੀਂ ਸੈਡ ਸੌਂਗ ਜਾਂ ਦੂਜੇ ਸੌਂਗ ਗਾ ਕੇ ਵੱਕ ਗਿਆ ਹੈਗਾ, ਮੈਂ ਰਾਜ ਅਜਲੇ ਆਪਣੇ ਰੂਹ ਕੀਤੀ ਆ, ਜਿੱਦਾਂ ਭੋਗਲ ਸਾਹਿਬ ਹੁਣੀ ਕਿਹਾ ਨਾ ਹਾਸੇ ਦੀ ਗੱਲ ਕੀਤੀ ਹੈਗੀ ਆ, ਹੈ ਨਾ, ਅਤੇ ਅੱਜ ਦਿਲ ਕਰਦਾ ਸਰੋਤਿਆਂ ਨੂੰ ਹਸਾਈ ਦਿੰਦੇ ਹਾਂ, ਫਿਰ ਮਾੜਾ ਇਸ ਪ੍ਰੋਗਰਾਮ ਨੂੰ ਹੋਰ ਪਾਸੇ ਲਿਜਾ ਕੇ। ਅਤੇ ਮੈਂ ਇਹ ਜਿਹੜੀ ਗੱਲ ਗੀਤ ਆ ਨਾ, ਕਮੇਡੀਅਨ ਗੀਤ ਆ, ਬਹੁਤ ਪਿਆਰਾ ਪਰਿਵਾਰਕ ਨੰਬਰ ਹੈਗਾ ਰਿਹਾ, ਅਤੇ ਇਹ ਗੱਲ ਹੈਗੀ ਆ। ਵੈਸੇ ਤਾਂ ਮੈਂ ਉਸ ਪਰਮਾਤਮਾ ਅੱਗੇ ਇਹ ਅਰਦਾਸ ਜ਼ਰੂਰ ਕਰਦਾ ਹੈਗਾ ਕਿ ਸੱਚਿਆ ਪਾਤਸ਼ਾਹ ਕਿਸੇ ਦਾ ਧੀ ਪੁੱਤ ਅਮਲੀ ਨਾ ਹੋਵੇ, ਕਿਉਂਕਿ ਜਿਸ ਘਰ ਦੇ ਵਿੱਚ ਇਹ ਲੋਕ ਅਮਲ ਆ ਜਾਂਦਾ ਆ ਜਾਂ ਨਸ਼ਾ ਆ ਜਾਂਦਾ ਆ, ਅਤੇ ਉਸ ਘਰ ਦੀ ਜਿਹੜੀ ਆ ਰੂਹਾਨੀ ਹਾਲਾਤ ਜਿਹੜੇ ਆ ਬਿਲਕੁਲ ਬਦਲ ਜਾਂਦੇ ਆ, ਅਤੇ ਉਹ ਇਸ ਵਜ੍ਹਾ ਦੇ ਨਾਲ ਉਸ ਅਮਲੀ ਜਿਹੜਾ ਹੁੰਦਾ ਹੈਗਾ ਉਹਦੇ ਘਰੋਂ ਉਹਦੇ ਨਾਲ ਬਹੁਤ ਲੜਦੀ ਹੈਗੀ ਆ, ਬਈ ਤੂੰ ਇਹ ਕੰਮ ਛੱਡ ਦੇ, ਹੈ ਨਾ। ਉਹਨੇ ਕੰਮ ਤਾਂ ਕੀ ਛੱਡਣਾ ਹੁੰਦਾ ਆਪਣੇ, ਕੀ ਕਰਦਾ, ਕਹਿੰਦਾ ਤੂੰ ਤਾਂ ਮੈਂ ਲੜਦੀ ਰਹਿੰਦੀ ਹਾਂ, ਉਹ ਇੱਕ ਹੋਰ ਵਿਆਹ ਕਰਾ ਕੇ ਲੈ ਆਉਂਦਾ ਹੈਗਾ। ਹੁਣ ਸਾਨੂੰ ਮੈਂ ਉਹਨਾਂ ਦੀ ਗੱਲ ਪੇਸ਼ ਕਰਨ ਜਾ ਰਿਹਾ ਹੈਗਾ, ਦੋਨਾਂ ਇਹ ਦੁਗਾਣਾ ਗੀਤ ਵਾ ਜੋ ਪੇਸ਼ ਕਰ ਰਿਹਾ, ਪਹਿਲਾਂ ਅਮਲੀ ਦੇ ਘਰੋਂ ਆ ਅਤੇ ਫਿਰ ਅਮਲੀ ਪੇਸ਼ ਕਰ ਰਿਹਾ, ਕਿੱਦਾਂ ਕਿੱਦਾਂ ਵਾ ਆਪਣੀ ਗੱਲਾਂ ਕਰ ਰਹੇ ਆ। ਸੋ ਕਮੇਡੀਅਨ ਗੀਤ ਆ, ਸੋਰੀ ਅਬਾਊਟ ਦੈਟ। ਸੋ ਸੁਣਨਾ ਬੜਾ ਪਿਆਰ ਵਾਲਾ, ਅਤੇ ਮੇਰਾ ਖਿਆਲ ਆ ਘਰਾਂ ਦੇ ਵਿੱਚ ਹੁਣ ਚਾਹ ਪਾਣੀ ਦਾ ਟਾਈਮ ਹੋਇਆ, ਬਹੁਤ ਵਧੀਆ ਹੁਣ ਗੀਤ, ਆਨੰਦ ਲਓ। ਬੋਲੋ ਜੀ। ਅਮਲੀ ਤੂੰ ਪੀਪੀ ਡੋਡੇ, ਓਏ ਕਰ ਲੈ ਨੇ ਟੇਡੇ ਗੋਡੇ, ਅਮਲੀ ਤੂੰ ਪੀਪੀ ਡੋਡੇ, ਕਰ ਲੈ ਨੇ ਟੇਡੇ ਗੋਡੇ, ਜਾਵੇ ਨਾ ਤੇ ਤੋਂ ਹੋ ਸੰਭਾਲੀ ਵੇ, ਮੈਂ ਮਰ ਗਈ ਅਮਲੀਆ, ਲੈ ਆਇਆ ਤੂੰ ਸੌਂਕਣ ਘਰ ਬਾਲੀ ਵੇ, ਮੈਂ ਮਰ ਗਈ ਅਮਲੀਆ, ਓ ਲੈ ਆਇਆ ਤੂੰ ਸੌਂਕਣ ਘਰ ਬਾਲੀ ਵੇ, ਮੈਂ ਮਰ ਗਈ ਅਮਲੀਆ, ਅੰਬਾਂ ਦੇ ਖਾ ਮਰੱਬੇ, ਉਹ ਰੱਖੇ ਨਾ ਸਾਂਭ ਕੇ ਡੱਬੇ, ਤੂੰ ਅੰਬਾਂ ਦੇ ਖਾ ਮਰੱਬੇ, ਰੱਖੇ ਨਾ ਸਾਂਭ ਕੇ ਡੱਬੇ, ਖਿਲਰੇ ਹੋਏ ਖਿਲਰੇ ਹੋਏ ਖਿਲਰੇ ਹੋਏ ਟੋਡੇ, ਮੈਂ ਕੱਲ ਹੁੰਜੇ ਨੀ ਝੁੱਲ ਪਾਟੇ ਵਾਂਗੂ, ਮੈਨੂੰ ਤੂੰ ਲਾ ਕੇ ਰੱਖਤਾ ਖੁੰਜੇ ਨੀ ਝੁੱਲ ਪਾਟੇ ਵਾਂਗੂ, ਮੈਨੂੰ ਤੂੰ ਲਾ ਕੇ ਰੱਖਤਾ ਖੁੰਜੇ ਨੀ ਝੁੱਲ ਪਾਟੇ ਵਾਂਗੂ, ਦਿੱਤਾ ਨਾ ਸੂਟ ਸਮਾ ਕੇ ਨਾ ਅੱਖਾਂ ਲਈ ਵੇ ਗਜਰਾ, ਦਿੱਤਾ ਨਾ ਸੂਟ ਸਮਾ ਕੇ ਨਾ ਅੱਖਾਂ ਲਈ ਵੇ ਕਜਰਾ, ਬੇਬੇ ਦਾ ਭੇਜਿਆ ਤੋਦੋ ਪਾਉਂਦੀ ਮੈਂ ਰਹਿੰਦੀ ਘੱਗਰਾ, ਬੇਬੇ ਦਾ ਭੇਜਿਆ ਤੋਦੋ ਪਾਉਂਦੀ ਮੈਂ ਰਹਿੰਦੀ ਘੱਗਰਾ, ਤੇਰੀ ਨਾ ਤੇਰੀ ਨਾ ਤੇਰੀ ਨਾ ਟੱਪੀ ਰਹਿੰਦੀ ਖਾਲੀ।
ਵਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਭੁੱਲ ਗਏ ਤੈਨੂੰ ਦਿਨ ਪੁਰਾਣੇ ਮੈਂ ਤਾਂ ਹਾਂ ਚੇਤੇ ਰੱਖਦਾ ਭੁੱਲ ਗਏ ਤੈਨੂੰ ਦਿਨ ਪੁਰਾਣੇ ਮੈਂ ਤਾਂ ਹਾਂ ਚੇਤੇ ਰੱਖਦਾ ਖਾਧੀ ਪੀਤੀ ਵਿੱਚ ਤੈਨੂੰ ਨੀ ਜਦ ਮੈਂ ਮੇਲੇ ਲੈ ਪੜਦਾ ਖਾਧੀ ਪੀਤੀ ਵਿੱਚ ਤੈਨੂੰ ਨੀ ਜਦ ਮੈਂ ਮੇਲੇ ਲੈ ਪੜਦਾ ਫਿਰ ਵੀ ਤੂੰ ਫਿਰ ਵੀ ਭੰਗੂੜੇ ਵਾਂਗੂ ਚੁੰਗੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਜਿੱਦਾਂ ਸੀ ਮੈਂ ਤਾਂ ਕੱਟ ਲਈ ਦੇਖੇ ਨਾ ਜਾਣ ਨਿਆਣੇ ਵੇ ਜਿੱਦਾਂ ਸੀ ਮੈਂ ਤਾਂ ਕੱਟ ਲਈ ਦੇਖੇ ਨਾ ਜਾਣ ਨਿਆਣੇ ਤੇਰੀ ਕਰਤੂਤ ਅਮਲੀਆ ਬੱਕਰੀ ਤਰ ਆਇਆ ਗਹਿਣੇ ਤੇਰੀ ਕਰਤੂਤ ਅਮਲੀਆ ਬੱਕਰੀ ਤਰ ਆਇਆ ਗਹਿਣੇ ਭਾਂਡੇ ਨਾ ਭਾਂਡੇ ਨਾ ਭਾਂਡੇ ਨਾ ਟੀਂਡੇ ਨਾ ਕਰ ਥਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਉਹ ਜਿੱਦਾਂ ਦਾ ਜੋ ਵੀ ਮੈਂ ਹਾਂ ਗੱਲ ਨੀ ਤੂੰ ਛੱਡ ਦੇ ਰੱਬ ਤੇ ਜਿੱਦਾਂ ਦਾ ਜੋ ਵੀ ਮੈਂ ਹਾਂ ਗੱਲ ਨੀ ਤੂੰ ਛੱਡ ਦੇ ਰੱਬ ਤੇ ਕਹਿੰਦੇ ਨੇ ਸੱਚ ਸਿਆਣੇ ਬੰਦਿਆਂ ਦੇ ਨਾਲ ਘਰ ਵੱਸਦੇ ਕਹਿੰਦੇ ਨੇ ਸੱਚ ਸਿਆਣੇ ਬੰਦਿਆਂ ਦੇ ਨਾਲ ਘਰ ਵੱਸਦੇ ਕਾਮਾਂ ਵਿੱਚ ਉਹ ਕਾਮਾਂ ਵਿੱਚ ਰਹਿੰਦੀ ਏ ਕਾਲੀਏ ਖੂੰਜੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਉਹ ਗੁੱਸਾ ਸੀ ਤੇਰੇ ਨਾਲ ਵੇ ਇਹ ਵੀ ਕਿਸੇ ਮਾਂ ਦੀ ਧੀ ਵੇ ਗੁੱਸਾ ਸੀ ਤੇਰੇ ਨਾਲ ਵੇ ਇਹ ਵੀ ਕਿਸੇ ਮਾਂ ਦੀ ਧੀ ਵੇ ਰੱਖੂਗੀ ਭੈਣਾਂ ਵਾਂਗੂ ਤੂੰ ਮੈਨੂੰ ਸਮਝੇ ਕੀ ਵੇ ਰੱਖੂਗੀ ਭੈਣਾਂ ਵਾਂਗੂ ਤੂੰ ਮੈਨੂੰ ਸਮਝੂ ਕੀ ਵੇ ਇਹ ਵੀ ਇਹੋ ਮੈਂ ਸਮਝੂ ਤੇਰੀ ਸਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਲੈ ਆਇਆ ਤੂੰ ਸੌਂਕਣ ਕਰ ਵਾਲੀ ਵੇ ਮੈਂ ਮਰ ਗਈ ਅਮਲੀਆ ਉਹ ਛੱਡ ਕੇ ਪਿੰਡ ਅਮਲੀਆਂ ਦਾ ਮੈਂ ਪਹੁੰਚਣਾ ਪਿੰਡ ਖਨੌੜੇ ਛੱਡ ਕੇ ਪਿੰਡ ਅਮਲੀਆਂ ਦਾ ਮੈਂ ਪਹੁੰਚਣਾ ਪਿੰਡ ਖਨੌੜੇ ਦੇ ਦੇ ਹੱਥ ਬਾਜਾ ਢੋਲਕੀ ਕਿਸਮਤ ਨੇ ਪਾਉਣੇ ਮੋੜੇ ਦੇ ਦੇ ਹੱਥ ਬਾਜਾ ਢੋਲਕੀ ਕਿਸਮਤ ਨੇ ਪਾਉਣੇ ਮੋੜੇ ਦੇਖੀ ਬਲਵੀਰ ਦੇ ਗਾਣੇ ਦੇਖੀ ਬਲਵੀਰ ਦੇ ਗਾਣੇ ਖੂੰਜੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਮੈਨੂੰ ਤੂੰ ਲਾ ਕੇ ਰੱਖਤਾ ਖੂੰਜੇ ਨੀ ਝੁੱਲ ਪਾਟੇ ਵਾਂਗੂ ਜਦੋਂ ਡੋਡੇ ਪੀ ਜਾਣੇ ਤਾਂ ਫਿਰ ਇੱਦਾਂ ਹੀ ਹੋਣੀ ਆ ਕਿਆ ਬਾਤ ਹੈ ਥੈਂਕ ਯੂ ਬਲਵੀਰ ਬਸਰਾ ਜੀ ਓਕੇ ਜੀ ਸ਼ੁਕਰੀਆ ਕਿਆ ਬਾਤ ਹੈ ਰਾਜੀ ਰਹੋ ਬਹੁਤ ਸ਼ੁਕਰੀਆ ਇਹ ਸੀ ਸਾਡੇ ਬਲਵੀਰ ਬਸਰਾ ਜੀ ਆਪਣੀ ਕਵਿਤਾ ਲਿਖ ਕੇ ਬਾਕੀ ਜਿਹੜੇ ਹੈ ਨਾ ਅਮਲੀ ਆ ਉਹਨਾਂ ਤੋਂ ਰੱਬ ਬਖਸ਼ੇ ਕਿਉਂਕਿ ਅਮਲ ਮਾੜੀ ਚੀਜ਼ ਆ ਕੋਈ ਵੀ ਅਮਲ ਹੋਵੇ ਚਾਹੇ ਡੋਡਿਆਂ ਦਾ ਅਮਲ ਹੋਇਆ ਅਤੇ ਚਾਹੇ ਇਸ ਵੇਲੇ ਤਾਂ ਚਿੱਟੇ ਦਾ ਅਮਲ ਤਾਂ ਬਹੁਤ ਹੀ ਖਰਾਬੀ ਕਰ ਰਿਹਾ ਸਾਡੇ ਦੇਸ਼ ਦੇ ਵਿੱਚ ਬਖਸ਼ੇ ਰੱਬ ਹਾਂਜੀ ਜੀ ਆਨੋ ਜੀ ਜੈ ਗੁਰਦੇਵ ਹੈਲੋ ਜੀ ਮੈਂ ਮੁਹੰਮਦ ਬੋਲ ਰਿਹਾ ਸਰ ਡਾਕਟਰ ਮੁਹੰਮਦ ਜੀ ਆਨੋ ਜੀ ਆਨੋ ਬੜਾ ਅੱਛਾ ਤੁਹਾਡਾ ਪ੍ਰੋਗਰਾਮ ਜਾ ਰਿਹਾ ਹਾਂਜੀ ਫੀਸ ਜਲੰਧਰੀ ਜਿਨ੍ਹਾਂ ਨੇ ਪਾਕਿਸਤਾਨੀ ਜਿਹੜਾ ਕੌਮੀ ਤਰਾਨਾ ਲਿਆ ਸੀ ਹਾਂ ਉਹ ਬੜੇ ਮਸ਼ਹੂਰ ਸ਼ਾਇਰ ਵੀ ਨੇ ਸਨ ਤੇ ਉਹਨਾਂ ਤੇ ਕੁਛ ਸ਼ੇਰ ਸੁਣਾ ਦੇਣਾ ਬੁਲਾਓ ਸੁਣਾਓ ਜੀ ਅਬ ਤੋ ਕੁਛ ਔਰ ਵੀ ਅੰਧੇਰਾ ਹੈ ਹਾਂ ਯੇ ਮੇਰੀ ਰਾਤ ਕਾ ਸਵੇਰਾ ਹੈ ਹਾਂ ਕਾਫਲਾ ਕਿਸ ਕੀ ਰਾਹਬਰੀ ਮੇ ਚਲੇ ਹਾਂ ਕੌਣ ਸਬਸੇ ਬੜਾ ਲੁਟੇਰਾ ਹੈ ਕਿਆ ਬਾਤ ਹੈ ਹਮ ਤੋ ਠਹਿਰੇ ਅਜਨਬੀ ਇਤਨੀ ਮੁਦਾਰਤੋਂ ਕੇ ਬਾਅਦ ਹਾਂ ਫਿਰ ਸੇ ਬਨੇਗੀ ਆਸ਼ਨਾ ਮੁਲਾਕਾਤੋਂ ਕੇ ਬਾਅਦ ਆਹਾ
ਕਿਉਂ ਮੇਰੀ ਸ਼ਕਲ ਪਹਿਚਾਨ ਲੇਤਾ ਹੈ ਛੁਪਨੇ ਕੇ ਲੀਏ ਹਾਂ ਏਕ ਚਿਹਰਾ ਕੋਈ ਆਪਣਾ ਤੋ ਖੁਦਾ ਕਾ ਹੋਤਾ ਬਿਲਕੁਲ ਜਾਗੇ ਹੋ ਤੋ ਅਬ ਨਹੀਂ ਸੋਨਾ ਸ਼ਹਿਰ ਕੇ ਲੋਗੋ ਹਾਂ ਕੋਈ ਨੀਂਦ ਕੋ ਫਿਰ ਦੀਵਾਰ ਉਠਾ ਸਕਤਾ ਹੈ ਆਹਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਤੁਹਾਡਾ ਬਹੁਤ ਧੰਨਵਾਦ ਡਾਕਟਰ ਜੀ ਥੈਂਕ ਯੂ ਇਹ ਸੀ ਸਾਡੇ ਡਾਕਟਰ ਮੁਹੰਮਦ ਆਜ਼ਾਦ ਜੀ ਕੋਸ਼ਿਸ਼ ਕਰਦੇ ਆ ਕਦੀ ਪੰਜਾਬੀ ਦੇ ਵਿੱਚ ਔਰ ਕਦੀ ਉਰਦੂ ਦੇ ਵਿੱਚ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰਨ ਦੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਜਿਹੜਾ ਕੋਸ਼ਿਸ਼ ਕਰਕੇ ਕੋਈ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਂਦਾ ਇਹਦਾ ਮਤਲਬ ਕਿ ਉਹਨੂੰ ਸਾਡੇ ਨਾਲ ਪਿਆਰ ਹੈ ਤਾਂ ਬਹੁਤ ਸ਼ੁਕਰੀਆ ਡਾਕਟਰ ਮੁਹੰਮਦ ਆਜ਼ਾਦ ਜੀ ਜਿਹੜੇ ਜਿੰਨੇ ਵੀ ਲਫ਼ਜ਼ ਤੁਸੀਂ ਕਹਿੰਦੇ ਹਾਂ ਅਸੀਂ ਤਹਿ ਦਿਲੋਂ ਉਹਨਾਂ ਦਾ ਐਪਰੀਸ਼ੀਏਟ ਕਰਦੇ ਹਾਂ ਥੈਂਕ ਯੂ ਇੱਦਾਂ ਆਉਂਦੇ ਰਿਹਾ ਕਰੋ ਔਰ ਆ ਕੇ ਦੋ ਚਾਰ ਲਫ਼ਜ਼ ਜ਼ਰੂਰ ਕਵੀ ਦਰਬਾਰ ਦੇ ਵਿੱਚ ਆਪਣੇ ਪੇਸ਼ ਕਰਦੇ ਰਿਹਾ ਕਰੋ ਥੈਂਕ ਯੂ ਇਹ ਸੀ ਸਾਡੇ ਡਾਕਟਰ ਮੁਹੰਮਦ ਆਜ਼ਾਦ ਅਤੇ ਤੁਸੀਂ ਵੀ ਹਜੇ ਵੀ ਸਾਡੇ ਕੋਲ 14 ਮਿੰਟ ਬਾਕੀ ਹਨ ਜਿਹੜਾ ਵੀ ਕੋਈ ਆਉਣ ਵਾਲਾ ਹੈ ਉਹ ਆਪਣੀ ਲਾਈਨ ਆਪਣੀਆਂ ਲਾਈਨਾਂ ਲੈ ਕੇ ਆ ਸਕਦਾ ਹੈ ਹਾਜ਼ਰੀ ਭਰ ਸਕਦਾ ਹੈ ਅਖੇ ਦੁਨੀਆ ਵਾਲੇ ਉਹ ਕੋਸ਼ਿਸ਼ ਅਤੇ ਕਸ਼ਿਸ਼ ਕਰਨ ਵਾਲੇ ਕਦੀ ਹਾਰਦੇ ਨਹੀਂ ਔਰ ਟੈਂਦੀ ਕਲਾ 'ਚ ਹਿੰਮਤੀ ਜ਼ਿੰਦ ਗੁਜ਼ਾਰਦੇ ਨਹੀਂ ਜਿਹੜੇ ਇਨਸਾਨ ਹਿੰਮਤ ਕਰਦੇ ਆ ਉਹ ਕਦੇ ਵੀ ਟੈਂਦੀ ਕਲਾ 'ਚ ਨਹੀਂ ਜਾਂਦੇ ਲਿਖਿਆ ਹੈ ਕਿ ਫੋਲ ਵੇਖੋ ਇਤਿਹਾਸ ਦੇ ਸੁਨਹਿਰੀ ਵਰਕੇ ਕੁਝ ਪਰਖ ਕੇ ਇੱਕ ਲਵੀਆ ਅੰਗੂਠਾ ਛੀਨ ਕਰਵਾਇਆ ਔਰ ਦਰੋਣਾਚਾਰੀਆ ਦੰਭ ਇਨਕਾਰ ਦੇ ਨਹੀਂ ਉਹਨਾਂ ਨੇ ਕਿਹਾ ਮੈਂ ਤਾਂ ਤੇਰੇ ਕੋਲੋਂ ਜਿਹੜਾ ਤੂੰ ਮੇਰਾ ਹੈ ਨਾ ਸ਼ਿਸ਼ ਬਣਨਾ ਤਾਂ ਤੂੰ ਮੈਨੂੰ ਅੰਗੂਠਾ ਹੀ ਦੇ ਦੇ ਅਖੇ ਚਮਕੌਰ ਲੈਣਾ ਅੱਗੇ ਹਾਂਜੀ ਜੀ ਅਨੂ ਜੀ ਜੈ ਗੁਰਦੇਵ ਹੈਲੋ ਪਿਆਰੇ ਲਾਲ ਜੀ ਮੈਂ ਤਰਸੇਮ ਬੈਡਫੋਰਡ ਤੋਂ ਤੁਹਾਡੇ ਪ੍ਰੋਗਰਾਮ ਵਿਖੇ ਸ਼ਾਮਿਲ ਹੋਇਆ ਹਾਂ ਹਾਂਜੀ ਤਰਸੇਮ ਬੰਗੜ ਜੀ ਜੀ ਅਨੂ ਥੈਂਕ ਯੂ ਵੈਰੀ ਮਚ ਜੈ ਅਤੇ ਹੋਰ ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਦੋ ਲਾਈਨਾਂ ਮੈਂ ਕਹਿਣੀਆਂ ਪਿਆਰੇ ਲਾਲ ਜੀ ਬੋਲੋ ਜੀ ਹਾਂਜੀ ਸਭ ਕਾ ਮਾਲਕ ਈਸ਼ਵਰ ਅੱਲਾ ਤੇਰਾ ਨਾਮ ਸਭ ਕਾ ਮਾਲਕ ਇੱਕ ਭਗਵਾਨ ਈਸ਼ਵਰ ਅੱਲਾ ਤੇਰਾ ਨਾਮ ਸਭ ਕਾ ਮਾਲਕ ਇੱਕ ਭਗਵਾਨ ਸਾਰਾ ਜਗ ਤੇਰੀ ਸੰਤਾਨ ਸਭ ਕੇ ਸਮਤੀ ਦੇ ਭਗਵਾਨ ਈਸ਼ਵਰ ਅੱਲਾ ਤੇਰਾ ਨਾਮ ਸਭ ਕਾ ਮਾਲਕ ਇੱਕ ਭਗਵਾਨ ਇਸ ਧਰਤੀ ਪਰ ਬਸਨੇ ਵਾਲੇ ਸਭ ਹੈ ਤੇਰੀ ਗੋਦ ਕੇ ਪਾਲੇ ਕੋਈ ਨੀਚ ਨਾ ਕੋਈ ਮਹਾਨ ਸਾਰਾ ਜਗ ਤੇਰੀ ਸੰਤਾਨ ਈਸ਼ਵਰ ਅੱਲਾ ਤੇਰਾ ਨਾਮ ਸਭ ਕਾ ਮਾਲਕ ਇੱਕ ਭਗਵਾਨ ਜਾਤੋਂ ਨਸਲੋਂ ਕੇ ਬਟਵਾਰੇ ਝੂਠ ਨਹੀਂ ਤੇਰੇ ਦੁਆਰੇ ਤੇਰੇ ਲਈ ਹੈ ਸਭ ਇੱਕ ਸਮਾਨ ਤੇਰੇ ਲਈ ਹੈ ਸਭ ਇੱਕ ਸਮਾਨ ਸਾਰਾ ਜਗ ਤੇਰੀ ਸੰਤਾਨ ਈਸ਼ਵਰ ਅੱਲਾ ਤੇਰਾ ਨਾਮ ਸਭ ਕਾ ਮਾਲਕ ਇੱਕ ਭਗਵਾਨ ਥੈਂਕ ਯੂ ਵੈਰੀ ਮਚ ਪਿਆਰੇ ਲਾਲ ਜੀ ਵਾਹ ਜੀ ਵਾਹ ਬਹੁਤ ਸੋਹਣਾ ਬਹੁਤ ਸੋਹਣਾ ਥੈਂਕ ਯੂ ਸਰ ਬਹੁਤ ਸ਼ੁਕਰੀਆ ਇਹ ਸੀ ਸਾਡੇ ਤਰਸੇਮ ਬੰਗੜ ਜੀ ਉਹ ਕਹਿੰਦੇ ਕਿ ਈਸ਼ਵਰ ਅੱਲਾ ਤੇਰਾ ਨਾਮ ਸਾਰਾ ਜਗ ਹੈ ਤੇਰੀ ਸੰਤਾਨ
ਤੂੰ ਸਭ ਦਾ ਹੈ ਭਗਵਾਨ ਈਸ਼ਵਰ, ਤੂੰ ਹੈ ਸਭ ਦਾ ਭਗਵਾਨ, ਬਿਲਕੁਲ ਉਹਦਾ ਹੀ ਹੈ ਸਭ ਕੁਛ ਜੇਕਰ ਆਪਾਂ ਮੰਨਦੇ ਹਾਂ, ਅਤੇ ਅਸਲੀਅਤ ਇਹੀ ਹੈ। ਸੋ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀ ਕਿ ਚਮਕੌਰ ਗੜੀ ਦੀ ਗਾਥਾ ਦਸਵੇ, ਹਾਂਜੀ ਜੀ ਆਨੂ ਜੀ, ਜੈ ਗੁਰਦੇਵ। ਹੈਲੋ ਹੈਲੋ, ਹਾਂਜੀ ਹੈਲੋ ਹੈਲੋ, ਤੁਹਾਡੀ ਲਾਈਨ ਲੱਗ ਗਈ ਮੇਰੀ ਭੈਣ। ਅੱਛਾ ਜੀ, ਵੀਰ ਜੀ ਮੈਂ ਵਿਦਿਆ ਜੱਖੂ ਬੋਲਦੀ ਹਾਂ। ਵਿਦਿਆ ਜੱਖੂ ਜੀ ਆਇਆਂ ਨੂੰ ਮੇਰੀ ਭੈਣ, ਕੀ ਹਾਲ ਜੀ? ਹਾਂਜੀ ਠੀਕ ਠਾਕ ਹਾਂ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ। ਹਾਂਜੀ, ਮੈਂ ਸੋਚਿਆ ਚਲੋ ਮੈਂ ਵੀ ਵਿੱਚ ਹਿੱਸਾ ਲੈਂਦੀ ਹਾਂ। ਬਿਲਕੁਲ ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਡੇ ਜਿੰਨੇ ਵੀ ਸੁਣਨ ਵਾਲੇ ਆ, ਜਿੰਨੇ ਵੀ ਸਾਡੇ ਵੀਰ ਆਪਣੇ ਵਿਚਾਰ ਦੱਸ ਕੇ ਗਏ ਕਵਿਤਾ ਕਵੀ ਦਰਬਾਰ 'ਚ ਰੌਣਕਾਂ ਲਾਈਆਂ, ਸਾਰਿਆਂ ਨੂੰ ਮੇਰੀ ਵੱਲੋਂ ਪਿਆਰੀ ਪਿਆਰੀ ਜੈ ਭੀਮ ਅਤੇ ਜੈ ਗੁਰਦੇਵ। ਹਾਂਜੀ ਜੈ ਗੁਰਦੇਵ, ਧੰਨ ਗੁਰਦੇਵ ਜੀ। ਹਾਂਜੀ, ਅਤੇ ਪ੍ਰੋਗਰਾਮ ਵਧੀਆ ਹੈ ਵੀਰ ਜੀ, ਮੈਂ ਸੋਚਿਆ ਕਿ ਮੈਂ ਕਵਿਤਾ ਪੜ੍ਹ ਦੇਵਾਂ, ਲੇਕਿਨ ਇਹ ਜੋ ਕਵਿਤਾ ਹੈ ਨਾ, ਹਾਂਜੀ, ਉਹ ਧਰਮਚੰਦ ਮਹੇਰ ਜੀ ਦੀ ਕਲਮ ਤੋਂ ਲਿਖੀ ਗਈ ਹੈ। ਓਕੇ ਜੀ। ਹਾਂਜੀ, ਇਹ ਕੁਛ ਇਸ ਤਰ੍ਹਾਂ ਹੈਗੀ ਆ, ਕਹਿੰਦੇ ਕਿ ਚੰਗੀ ਜ਼ਿੰਦਗੀ ਜੀਣੀ ਚਾਹੇ, ਹਾਂ ਚੰਗੀ ਜ਼ਿੰਦਗੀ ਜੀਣੀ ਚਾਹੇ, ਚੰਗੇ ਕਰਮ ਕਮਾ, ਹਾਂ ਬੰਦਿਆਂ ਬੰਦਿਆਂ ਦੇ ਕੰਮ ਆ। ਵਾਹ ਜੀ ਵਾਹ। ਹਾਂਜੀ, ਕਹਿੰਦੇ ਸੁਖੀ ਮਨਾਂ ਨੂੰ ਸਾਥ ਬਥੇਰੇ, ਸੁਖੀ ਮਨਾਂ ਨੂੰ ਸਾਥ ਬਥੇਰੇ, ਦੁਖੀਆਂ ਨੂੰ ਗੱਲ ਨਾਲ ਲਾ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਹਾਂਜੀ, ਕਹਿੰਦੇ ਜੋ ਵੀ ਚਾਹੇ ਕਰ ਸਕਦਾ ਏ, ਹਾਂ ਜੋ ਵੀ ਚਾਹੇ ਕਰ ਸਕਦਾ ਏ, ਸਭ ਤੇਰੇ ਬਸ ਆ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਧੰਨਵਾਦ ਜੀ। ਕਹਿੰਦੇ ਮੇਰੀ ਮੇਰੀ ਕਰਨੀ ਛੱਡ ਦੇ, ਮੇਰੀ ਮੇਰੀ ਕਰਨੀ ਛੱਡ ਦੇ, ਇਹਦੇ ਵਿੱਚ ਹੀ ਹੈ ਭਲਾ, ਇਹਦੇ ਵਿੱਚ ਹੀ ਹੈ ਭਲਾ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਕਹਿੰਦੇ ਇੱਛਾ ਬਥੇਰੀ ਦੁੱਖ ਬਦਲ ਗਏ, ਇੱਛਾ ਬਥੇਰੀ ਦੁੱਖ ਬਦਲ ਗਏ, ਇਛਾਵਾਂ ਤੇ ਕਾਬੂ ਪਾ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਵਾਹ ਜੀ ਵਾਹ। ਹਾਂਜੀ, ਥੈਂਕ ਯੂ ਜੀ। ਕਹਿੰਦੇ ਆਪਣੇ ਸੁੱਖ ਲਈ ਦੁੱਖ ਦੇਵੇਂ ਹੋਰਨਾਂ ਨੂੰ, ਹਾਂ ਆਪਣੇ ਸੁੱਖ ਲਈ ਦੁੱਖ ਦੇਵੇਂ ਹੋਰਨਾਂ ਨੂੰ, ਕਿਹੜਾ ਫੜ ਲਿਆ ਰਾਹ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਹਾਂਜੀ, ਕਹਿੰਦੇ ਚੰਗਾ ਕਰੇਗਾ ਚੰਗਾ ਹੋਵੇਗਾ, ਹਾਂ ਚੰਗਾ ਕਰੇਗਾ ਚੰਗਾ ਹੋਵੇਗਾ, ਇਹ ਹੈ ਗੁਰੂਆਂ ਦਾ ਫਲਸਫਾ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਵਾਹ ਜੀ ਵਾਹ। ਹਾਂਜੀ, ਅੱਗੇ ਲਾਸਟ ਲਾਈਨ ਆ ਜੀ, ਕਹਿੰਦੇ ਧਰਮ ਮਹੇ ਆਓ ਦਰਦ ਵੰਡਾਈਏ, ਹਾਂ ਧਰਮ ਮਹੇ ਆਓ ਦਰਦ ਵੰਡਾਈਏ, ਸੁਖ ਦਾ ਆਵੇ ਸਾਹ, ਉਹ ਬੰਦਿਆਂ ਬੰਦਿਆਂ ਦੇ ਕੰਮ ਆ, ਉਹ ਬੰਦਿਆਂ ਬੰਦਿਆਂ ਦੇ ਕੰਮ ਆ। ਵਾਹ ਜੀ ਵਾਹ। ਹਾਂਜੀ, ਇਹ ਸੀ ਜੀ ਕਵਿਤਾ, ਬਹੁਤ ਵਧੀਆ। ਜੇ ਕਹੋ ਤਾਂ ਮੈਂ ਇੱਕ ਦੋ ਅਨਮੋਲ ਬਚਨ ਕਹਿ ਦਿੰਦੀ ਹਾਂ, ਪੜ੍ਹਦੇ ਹੋ? ਹਾਂਜੀ, ਉਹ ਕੁਛ ਇਸ ਤਰ੍ਹਾਂ ਹੈਗੇ ਆ, ਕਹਿੰਦੇ ਕਿ ਸਿੱਖਿਆ ਵੀ ਜੀਵਨ ਦਾ ਉਧਾਰ ਹੁੰਦੀ ਹੈ, ਹਾਂ ਸਿੱਖਿਆ ਵੀ ਜੀਵਨ ਦਾ ਉਧਾਰ ਹੁੰਦੀ ਆ, ਤੇ ਇਸ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੁੰਦੀ ਆ। ਇਸ ਤੋਂ ਬਿਨਾਂ ਜ਼ਿੰਦਗੀ ਬੇਕਾਰ ਹੁੰਦੀ ਆ। ਬਿਲਕੁਲ। ਕਹਿੰਦੇ ਸੁਪਨੇ ਦੇਖ ਲੈਣ ਨਾਲ ਹੀ ਕੁਛ ਨਹੀਂ ਹੁੰਦਾ, ਹਾਂ ਸੁਪਨੇ ਦੇਖ ਲੈਣ ਨਾਲ ਹੀ ਕੁਛ ਨਹੀਂ ਹੁੰਦਾ, ਕਾਮਯਾਬੀ ਯਤਨਾਂ ਨਾਲ ਹੀ ਮਿਲਦੀ ਹੈ। ਬਿਲਕੁਲ। ਹਾਂਜੀ, ਕਹਿੰਦੇ ਜਦ ਜ਼ਿੰਦਗੀ ਹਸਾਵੇ ਤਾਂ ਸਮਝ ਲਓ ਚੰਗੇ ਕਰਮਾਂ ਦਾ ਫਲ ਹੈ। ਬਿਲਕੁਲ। ਜਦ ਜ਼ਿੰਦਗੀ ਹਸਾਵੇ ਤਾਂ ਸਮਝ ਲਓ ਚੰਗੇ ਕਰਮਾਂ ਦਾ ਫਲ ਹੈ, ਤਾਂ ਜੇ ਜ਼ਿੰਦਗੀ ਰੁਆਵੇ ਤਾਂ ਸਮਝੋ ਚੰਗੇ ਕੰਮ ਕਰਨ ਦਾ ਸਮਾਂ ਆ ਗਿਆ ਹੈ।
ਚੰਗੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਕਹਿੰਦੇ ਅੱਜ ਕੱਲ੍ਹ ਤਾਂ ਗੱਡੀਆਂ ਵਾਲੇ ਇੱਕ ਦੂਜੇ ਤੋਂ ਅੱਗੇ ਜਾਣ ਨੂੰ ਕਾਹਲੇ ਨੇ। ਅੱਜ ਤਾਂ ਗੱਡੀਆਂ ਵਾਲੇ ਇੱਕ ਦੂਜੇ ਤੋਂ ਅੱਗੇ ਜਾਣ ਨੂੰ ਕਾਹਲੇ ਨੇ, ਪਰ ਜਦੋਂ ਸਾਈਕਲਾਂ ਦਾ ਜ਼ਮਾਨਾ ਸੀ, ਸਾਈਕਲਾਂ 'ਤੇ ਚੱਲਦੇ ਚੱਲਦੇ ਤੁਰਦੇ ਫਿਰਦੇ ਲੋਕ ਇੱਕ ਦੂਜੇ ਨਾਲ ਦੁੱਖ ਸੁੱਖ ਕਰ ਲੈਂਦੇ ਸੀ, ਇੱਕ ਦੂਜੇ ਨਾਲ ਦੁੱਖ ਸੁੱਖ ਕਰ ਲੈਂਦੇ ਸੀ। ਹਾਂਜੀ, ਅਤੇ ਕਹਿੰਦੇ ਬਸ ਜੀ ਇਹੀ ਆ ਵੀਰ ਜੀ, ਮੈਂ ਕਿਹਾ ਚਲੋ ਮੈਂ ਵੀ ਆਪਣਾ ਕੁਛ ਨਾ ਕੁਛ ਸੁਣਾ ਦੀ ਆ ਲਾਸਟ 'ਤੇ ਆ ਜੀ। ਤੁਸੀਂ ਆਸ਼ਾਵਾਦੀ ਲੋਕ ਉਲਝੇ ਰਾਹਾਂ ਵਿੱਚੋਂ ਵੀ, ਆਸ਼ਾਵਾਦੀ ਲੋਕ ਉਲਝੇ ਰਾਹਾਂ ਵਿੱਚੋਂ ਵੀ ਆਪਣੀ ਮੰਜ਼ਿਲ ਤਲਾਸ਼ ਕਰ ਲੈਂਦੇ ਨੇ। ਬਿਲਕੁਲ, ਆਪਣੀ ਮੰਜ਼ਿਲ ਤਲਾਸ਼ ਕਰ ਲੈਂਦੇ ਨੇ। ਬਿਲਕੁਲ, ਇਹ ਸੀ ਜੀ ਮੇਰੇ ਅੱਜ ਦੇ ਵਿਚਾਰ। ਚਲੋ ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਰ ਜੀ। ਤੁਹਾਡਾ ਬਹੁਤ ਧੰਨਵਾਦ ਮੇਰੀ ਭੈਣ, ਤੁਸੀਂ ਆਏ ਬਹੁਤ ਵਧੀਆ ਲਫ਼ਜ਼ ਬੋਲੇ ਆ। ਹਾਂਜੀ, ਚਲੋ ਮੈਂ ਵੀ ਇੱਧਰੋਂ ਉੱਧਰੋਂ ਅਨਮੋਲ ਬਚਨ ਇਕੱਠੇ ਕੀਤੇ ਆ, ਕਵਿਤਾ ਇਕੱਠੀਆਂ ਕੀਤੀਆਂ ਆ। ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਜਿਹਨਾਂ ਦੀਆਂ ਕਲਮਾਂ ਚੱਲਦੀਆਂ ਆ, ਚਲਾਉਂਦੇ ਆ, ਸਾਨੂੰ ਆਵਾਜ਼ ਦੇਣ ਦਾ ਮੌਕਾ ਮਿਲਦਾ। ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ ਜੀ। ਤੁਹਾਡਾ ਪਿਆਰੀ ਪਿਆਰੀ ਜੈ ਭੀਮ, ਜੈ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ ਜੀ। ਇਹ ਸਾਡੀ ਸੀ ਭੈਣ ਵਿਦਿਆ ਜੱਖੂ ਜੀ, ਬਹੁਤ ਸਾਰੀਆਂ ਬਹੁਤ ਵਧੀਆ ਲਾਈਨਾਂ ਬੋਲ ਕੇ ਗਏ ਆ। ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਵੀ ਦਰਬਾਰ ਜਿਹੜਾ ਹੈਗਾ ਆ, ਇਹਦੇ ਵਿੱਚ ਹਰ ਇਨਸਾਨ ਜੋ ਆਪਣੇ ਲਫ਼ਜ਼ ਲੈ ਕੇ ਆਉਂਦਾ ਉਹਦੇ ਵਿੱਚ ਬਹੁਤ ਕੀਮਤ ਹੁੰਦੀ ਹੈ। ਜੀ ਆਨੂ ਜੀ, ਜੈ ਗੁਰਦੇਵ। ਜੈ ਗੁਰਦੇਵ ਜੀ, ਮੈਂ ਬੰਗਲ ਜੀ ਫਕੀਰ ਚੰਦ ਚੌਹਾਨ ਬੋਲਦਾ ਬਰਮਿੰਘਮ। ਹਾਂ ਚੌਹਾਨ ਜੀ, ਜੀ ਆਨੂ। ਹਾਂ ਦੇਖੋ, ਜਿਹੜਾ ਅੱਜ ਆਪਣੇ ਪ੍ਰੋਗਰਾਮ ਕੀਤਾ ਆਪਣੇ, ਬਹੁਤ ਜਿਹੜਾ ਅੱਜ ਤਾਂ ਕੱਲ੍ਹ, ਹਾਂਜੀ, ਕਿਉਂਕਿ ਜਿਹੜੀ ਆਪਣੀ ਜ਼ਬਾਨ ਦੇ ਵਿੱਚ ਇਹ ਜਿਸ ਤਰ੍ਹਾਂ ਹੋਰ ਤਰ੍ਹਾਂ ਹੈ, ਤਾਂ ਅੰਗਰੇਜ਼ੀ ਦੇ ਵਿੱਚ ਯੈਸਟਰਡੇ, ਟੂਡੇ ਔਰ ਟੁਮਾਰੋ। ਹਾਂ ਹਾਂ, ਕਿਉਂਕਿ ਆਪਣੀ ਜ਼ਬਾਨ ਦੇ ਵਿੱਚ ਤਾਂ ਕੱਲ੍ਹ ਜਿਹੜਾ ਹੈ ਬੀਤ ਗਿਆ, ਔਰ ਅੱਜ ਤਾਂ ਫਿਰ ਜਿਹੜਾ ਹੋਣਾ, ਬਿਲਕੁਲ ਕਿਹਾ ਜਾਂਦਾ। ਬਿਲਕੁਲ, ਪਰ ਉਹ ਅੰਗਰੇਜ਼ੀ ਦੇ ਵਿੱਚ ਦੇਖੋ ਜਿਹੜੀਆਂ ਜਿੰਨੀਆਂ ਵੀ ਇਹ ਘਟਨਾ ਵਾਪਰਦੀਆਂ, ਹਾਂ, ਇਹ ਇਤਿਹਾਸਿਕ ਘਟਨਾ ਹੋ ਨਿਬੜਦੀਆਂ, ਕਿਉਂਕਿ ਜਿਸ ਤਰ੍ਹਾਂ ਆਪਣੇ ਜ਼ਿਕਰ ਕੀਤਾ, ਇਹ 2 ਮਹੀਨਿਆਂ ਦੇ ਵਿੱਚ ਜਿਹੜੇ ਚੋਣਾਂ ਹੋਈਆਂ ਭਾਰਤ ਦਾ, ਇੱਥੇ ਦੇਖੋ ਫਰਕ ਕਿੰਨਾ ਆ। ਦੇਖੋ ਬਈ, ਇਹ ਜਿਹੜਾ ਮੈਂ ਤੁਹਾਡੀ ਜਾਣਕਾਰੀ ਦੱਸਣਾ ਚਾਹੁੰਦਾ, ਬਈ ਮੈਂ ਇਲੈਕਸ਼ਨ ਉੱਥੇ ਦੇਖ ਕੇ ਆਇਆ, ਹਾਂ, ਕਿਉਂਕਿ ਉੱਥੇ 1 ਜੂਨ ਨੂੰ ਪੰਜਾਬ ਚੋਣਾਂ ਹੋਈਆਂ, ਮੈਂ ਉੱਥੇ ਸੀ। ਦੇਖ ਤੁਹਾਡੇ ਸਾਹਮਣੇ ਕਿੰਨਾ ਕੁ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ। ਬਿਲਕੁਲ ਬਿਲਕੁਲ ਬਿਲਕੁਲ, ਨਹੀਂ ਦੇਖੋ ਉੱਥੇ 4 ਜੂਨ ਨੂੰ ਰਿਜ਼ਲਟ ਆਏ ਆ, ਉੱਥੇ ਤਾਂ ਇੱਕ ਦੂਜੇ ਦੇ ਨੁਕਸੇ ਕੱਢੀ ਜਾਂਦੇ ਆ। ਨਹੀਂ ਨਹੀਂ, ਹੁਣ ਦੇਖੋ ਬੰਗਲ ਜੀ, ਵੀ ਪਹਿਲਾਂ ਤਾਂ ਵੱਡੀ ਗੱਲ ਆ ਵੀ ਜਿਹੜੇ ਲੀਡਰ ਬਿਨਾਂ ਸੋਚੇ ਸਮਝਦੇ ਬੋਲਦੇ ਆ। ਹਾਂ, ਮੋਦੀ ਇਹ ਕਹਿੰਦਾ ਸੀਗਾ ਵੀ ਇਕੱਲੀ ਬੀਜੇਪੀ ਨੇ 370 ਜਿੱਤਣੀਆਂ। ਹਾਂਜੀ, ਵੀ NDA ਜਾਣੀ 400 ਪਾਰ ਕਰੇਗਾ। ਉਹ ਨਹੀਂ 400 ਪਾਰ ਕਰ ਸਕਿਆ, ਇੱਧਰ ਵੇਲੇ 400 ਪਾਰ ਕਰ ਗਏ ਆ। ਨਹੀਂ ਨਹੀਂ, ਦੇਖੋ ਉਹਨੂੰ 240 ਬੀਜੇਪੀ ਨੂੰ ਮਿਲੀਆਂ। ਹਾਂ, ਔਰ ਉਹ ਜਿਹੜੀ ਸਰਕਾਰ ਆ ਉਹ ਮਜ਼ਬੂਰ ਸਰਕਾਰ ਬਣੀ ਆ, ਮਜ਼ਬੂਤ ਨਹੀਂ। ਬਿਲਕੁਲ, ਔਰ ਇੱਥੇ ਤੁਸੀਂ ਦੇਖੋ ਵੀ ਨਾ ਰੌਲਾ ਪਾਉਂਦੇ ਆ, ਕੁਛ ਨਹੀਂ ਕਰਦੇ, ਜਿਹੜੀ ਇੱਥੇ ਲੇਬਰ ਨੂੰ ਲੈਂਡਸਲਾਈਡ ਮਿਲੀ ਆ, ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮਾਲ ਹੋ ਗਈ ਆ। ਨਹੀਂ ਨਹੀਂ, ਦੇਖੋ ਜੋ ਇਤਿਹਾਸ ਦੇ ਆਪਾਂ ਦੇਖੀਏ ਵੀ ਓਪੀਨੀਅਨ ਪੋਲਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ। ਹਾਂਜੀ ਹਾਂਜੀ, ਕਿਉਂਕਿ ਇੱਥੇ ਵੀ ਜਾਣੀ ਇਸ ਦੇ ਮੁਲਕ ਦੇ ਵਿੱਚ 4 ਵਾਰੀ ਓਪੀਨੀਅਨ ਪੋਲ ਗਲਤ ਸਾਬਤ ਹੋਏ ਆ। ਔਰ ਪਹਿਲਾਂ ਮੈਂ ਜ਼ਿਕਰ ਕਰਨਾ ਚਾਹੁੰਦਾ ਵੀ ਜਦ ਵਰਲਡ ਵਾਰ ਖਤਮ ਹੋਈ ਸੀ, ਉਹ ਯੂਰਪ
ਦੇ ਵਿੱਚ ਤਾਂ ਖਤਮ ਹੋ ਗਈ ਸੀ ਮਈ ਦੇ ਵਿੱਚ, ਤੇ ਜਿਹੜਾ ਹਿਟਲਰ ਆ ਉਹਨੇ ਸੁਇਸਾਈਡ ਕਰ ਲਏ ਸੀ, ਮੁਸਲੀਨੀ ਨੇ ਸਰੈਂਡਰ ਕਰ ਦਿੱਤਾ ਸੀ। ਲੇਬਰ ਪਾਰਟੀ ਨੇ ਕਿਹਾ ਸੀ ਵੀ ਹੁਣੇ ਹੀ ਚੋਣਾਂ ਹੋਣ, ਚਰਚਿਲ ਚਾਹੁੰਦਾ ਨਹੀਂ ਸੀ। ਹਾਂਜੀ, ਪਰ ਉਹ ਸਰਕਾਰ ਤਾਂ ਲੇਬਰ ਦੀ ਨਾਲ ਮਿਲ ਕੇ ਚੱਲਦੀ ਸੀ। ਅੱਛਾ, ਉਹ ਜਦੋਂ ਨੇ ਕਿਹਾ ਜ਼ਰੂਰ ਕਰਾਉਣੀਆਂ ਤਾਂ ਚੋਣਾਂ ਕਰਾਈਆਂ, ਉਦੋਂ ਜੁਲਾਈ 'ਚ ਹੋਈਆਂ ਸੀ ਇੱਥੇ। ਹਾਂਜੀ, ਇਹ ਤਾਂ ਗੱਲ ਸਹੀ ਹੈ ਚੌਹਾਨ ਸਾਹਿਬ, ਆਪਾਂ ਹੈ ਨਾ ਇਹ ਕਵੀ ਦਰਬਾਰ ਹੈ, ਇਸ ਕਰਕੇ ਅਸੀਂ ਤੁਹਾਡੀ ਗੱਲ ਮੰਨਦੇ ਹਾਂ। ਚਾਹੁੰਦਾ ਵੀ ਦੇਖੋ ਇਹ ਜਿਹੜਾ ਇੱਥੇ ਹੋਇਆ ਇਹ ਲੈਂਡਸਲਾਈਡ ਹੋਇਆ, ਯਾਨੀ ਕਿ ਇਹ ਇੱਥੇ ਅਸਲੀਅਤ ਚੱਲਦੀ ਹੈ, ਆਪਾਂ ਅਸਲੀਅਤ 'ਤੇ ਰਹਿਣਾ ਆ। ਹਾਂ, ਪਰ ਵੱਡੀ ਗੱਲ ਆ ਵੀ ਮੈਂ ਦੇਖੋ ਜਿਹੜਾ ਤੁਹਾਡਾ ਪ੍ਰੋਗਰਾਮ ਕਵੀ ਦਾ ਦਰਬਾਰ ਦਾ ਹੈਗਾ, ਵੀ ਜਿਹੜੇ ਸਤਿਗੁਰ ਕਬੀਰ ਜੀ ਉਹ ਮਹਾਨ ਕਵੀ ਸੀ। ਬਿਲਕੁਲ, ਕਿਉਂਕਿ ਉਹਨੇ ਜਿਹੜੀ ਉਸ ਵੇਲੇ ਦੇਖੋ ਕਵਿਤਾ ਰਚੀ ਆ ਉਹ ਰੈਵੋਲੂਸ਼ਨਰੀ ਸੀ, ਉਹ ਅੰਧ ਵਿਸ਼ਵਾਸ ਨੂੰ ਖਤਮ ਕਰਨ ਦੀ ਸੀ। ਉਹਦੀਆਂ ਮੈਂ ਕੁਝ ਲਾਈਨਾਂ ਜਾਣੀ ਸੁਣਾਉਣੀਆਂ ਚਾਹੁੰਦਾ। ਸੁਣਾਓ। ਪੱਥਰ ਪੂਜਿਆ ਹਰੀ ਮਿਲੇ ਤੋ ਮੈਂ ਤੋ ਪੂਜੂ ਪਹਾੜ, ਦੁਨੀਆਂ ਐਸੀ ਬਾਬਰੀ ਪੱਥਰ ਪੂਜਣ ਜਾਏ, ਕਰ ਕੀ ਚੱਕੀ ਕੋਈ ਨਾ ਪੂਜੇ ਜਿਸ ਕਾ ਪੀਸਾ ਜਾਏ। ਕਿਆ ਬਾਤ ਹੈ। ਫਿਰ ਦੇਖੋ ਉਹਨੇ ਕਿਹਾ ਸੀ ਮੁੱਲਾ ਕਿਉਂ ਤੂੰ ਬਾਂਗ ਦਿੰਦਾ, ਕਿਆ ਤੂੰ ਖੁਦਾ ਨੂੰ ਬਹਿਰਾ ਸਮਝਦਾ। ਦੇਖੋ ਇਹ ਜਿੰਨਾ ਵੀ ਮਤਲਬ ਜੋ ਕੁਝ ਆਪਾਂ ਕਰਦੇ ਹਾਂ, ਆਪਾਂ ਚਾਹੀਏ ਵੀ ਆਪਣੀ ਜਿਹੜੀ ਸੋਚ ਨੂੰ ਬਦਲੀਏ। ਬਿਲਕੁਲ, ਔਰ ਇੱਕ ਨਵਾਂ ਇਤਿਹਾਸ ਰਚੀਏ। ਇੰਨਾ ਹੀ ਕਹਿੰਦਾ ਹੋਇਆ ਜੈ ਗੁਰਦੇਵ। ਥੈਂਕ ਯੂ ਤੁਹਾਡਾ ਚੌਹਾਨ ਸਾਹਿਬ, ਇਹੀ ਸਾਡੀ ਕੋਸ਼ਿਸ਼ ਹੈ, ਕਵੀਆਂ ਦੀ ਕੋਸ਼ਿਸ਼ ਇਹ ਹੈਗੀ ਆ ਕਿ ਆਪਾਂ ਦੁਨੀਆਂ ਦੀ ਜਿਹੜੀ ਘਟੀਆ ਸੋਚ ਆ ਉਹਨੂੰ ਬਦਲ ਕੇ ਵਧੀਆ ਸੋਚ ਦੇਣੀ ਆ, ਇਹੀ ਸਾਡਾ ਡਿਊਟੀ ਆ ਔਰ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ। ਇਹ ਸੀ ਸਾਡੇ ਚੌਹਾਨ ਸਾਹਿਬ ਜਿਨ੍ਹਾਂ ਨੇ ਆਪਣੀ ਗੱਲਬਾਤ ਕੀਤੀ ਆ, ਕਿਉਂਕਿ ਇਹ ਕਵੀ ਦਰਬਾਰ ਹੈ, ਇੱਥੇ ਹਰ ਗੱਲ ਜਿਹੜੀ ਆ ਆਪਾਂ ਕਵਿਤਾ ਦੇ ਰਾਹੀਂ ਕਰਦੇ ਹਾਂ, ਅਤੇ ਕਿਉਂਕਿ ਲੋਕ ਬਹੁਤ ਵੇਟ ਕਰਦੇ ਹੁੰਦੇ ਆ, ਇਸ ਕਰਕੇ ਅਸੀਂ ਚੌਹਾਨ ਸਾਹਿਬ ਤੋਂ ਮੁਆਫ਼ੀ ਚਾਹੁੰਦੇ ਹਾਂ ਕਿ ਉਹਨਾਂ ਨੂੰ ਸਿਰਫ ਰਿਮਾਇੰਡ ਕਰਵਾਉਣਾ ਪਿਆ ਕਿ ਕਵੀ ਦਰਬਾਰ ਜਿਹੜਾ ਹੈ ਕਵਿਤਾ ਦੀ ਗੱਲ ਕਰਦਾ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰਦੇ ਹਾਂ, ਉਭਾਰ 'ਤੇ ਗੱਲਾਂ। ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਹੁਣ ਸਾਡਾ ਸਮਾਂ ਜਿਹੜਾ ਆ ਉਹ ਖਤਮ ਹੋ ਗਿਆ, ਇਸ ਕਰਕੇ ਮੈਂ ਸਾਰੇ ਬੁਲਾਰਿਆਂ ਦਾ, ਸਾਰੇ ਕਵੀਆਂ ਦਾ, ਔਰ ਇੰਨੇ ਇੱਕ ਇੱਕ ਲਫ਼ਜ਼ ਜੋ ਬੋਲਿਆ ਗਿਆ ਉਹਦੇ ਵਿੱਚ ਬਹੁਤ ਹੀ ਡੂੰਘਾਈ ਸੀ, ਬਹੁਤ ਹੀ ਕੀਮਤ ਸੀ, ਔਰ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਸਭ ਦਾ। ਥੈਂਕ ਯੂ। ਜਿਹੜਾ ਲਫ਼ਜ਼ ਆ ਇਹ ਛੋਟਾ ਜਿਹਾ ਹੁੰਦਾ, ਕਿਉਂਕਿ ਜਿਹੜੇ ਕੋਈ ਵੀ ਲਫ਼ਜ਼ ਸਾਨੂੰ ਸੇਧ ਦਿੰਦਾ ਆ, ਸਾਡੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੀ ਕੋਸ਼ਿਸ਼ ਕਰਦਾ ਆ, ਉਹ ਇੱਕ ਬਹੁਤ ਹੀ ਵਧੀਆ ਗੱਲ ਹੁੰਦੀ ਆ, ਉਹ ਸਾਰੇ ਪਲ ਬਹੁਤ ਵਧੀਆ ਹੁੰਦੇ ਆ। ਅਤੇ ਇਸੇ ਇਹਨਾਂ ਪਲਾਂ ਨੂੰ ਦੁਹਰਾਉਣ ਵਾਸਤੇ ਆਪਾਂ ਅਗਲੇ ਹਫ਼ਤੇ ਫਿਰ ਕਵੀ ਦਰਬਾਰ 'ਚ ਜਾਵਾਂਗੇ, ਇਸੀ ਜਗ੍ਹਾ ਇਸੇ ਪਲੇਸ 5 ਤੋਂ 6 ਵਜੇ, ਅਗਰ ਮਾਲਕ ਨੇ ਆਪਣੀ ਮਿਹਰਬਾਨੀ ਰੱਖੀ, ਸਿਹਤ ਠੀਕ ਰਹੀ, ਤੰਦਰੁਸਤ ਰਹੇ, ਤਾਂ ਫਿਰ ਜ਼ਰੂਰ ਹਾਜ਼ਰੀ ਭਰਾਂਗੇ ਔਰ ਕਵੀ ਦਰਬਾਰ ਫਿਰ ਸਜਾ ਜਾਏਗਾ। ਅਤੇ ਸਭ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਸਤਿ ਸ਼੍ਰੀ ਅਕਾਲ, ਅਦਾਬ ਕਹਿੰਦੇ ਹੋਏ ਅਲਵਿਦਾ ਲੈਂਦੇ ਹਾਂ ਅਗਲੇ ਹਫ਼ਤੇ ਤੱਕ। ਥੈਂਕ ਯੂ।